ਸਵਾਗਤ ਕਰਦੇ ਹਾਂ ਜੀ ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਵਿਸ਼ੇਸ਼, ਅਤੇ ਕਰਦੇ ਹਾਂ ਸਰਦਾਰ ਅਜਮੇਰ ਸਿੰਘ ਔਲਖ ਹੋਣਾ ਦੀ ਗੱਲ ਇਸ ਪ੍ਰੋਗਰਾਮ ਦੇ ਵਿੱਚ। ਉੱਘੇ ਰੰਗ ਕਰਮੀ ਅਤੇ ਪੰਜਾਬ ਦੇ ਵਿੱਚ ਵਿੱਦਿਅਕ ਖੇਤਰ ਦੇ ਵਿੱਚ ਵੀ 3 ਦਹਾਕਿਆਂ ਤੋਂ ਲੰਬਾ ਸਮਾਂ ਸੇਵਾਵਾਂ ਦੇ ਚੁੱਕੇ, ਅਤੇ ਇਸ ਦੇ ਨਾਲ ਨਾਲ ਹੀ ਨਾਟਕਕਾਰ ਅਤੇ ਨਾਟਕ ਲੇਖਕ, ਅਤੇ ਇਸ ਦੇ ਨਾਲ ਹੀ ਜੋ ਵਿਗਿਆਨਕ ਸੋਚ ਉਸ ਨੂੰ ਅੱਗੇ ਤੋਰਨ ਦੇ ਲਈ ਇਹਨਾਂ ਨੇ ਜੋ ਪੰਜਾਬ ਭਰ ਦੇ ਵਿੱਚ ਹੀ ਜ਼ਿਆਦਾ ਕੰਮ ਕੀਤਾ ਹੈ, ਅਤੇ ਖਾਸ ਤੌਰ 'ਤੇ ਜ਼ਿਆਦਾ ਇਸ ਕਰਕੇ ਵੀ ਲੱਗਦਾ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੀ ਮਹਿਸੂਸ ਕਰ ਲਿਆ ਕਿ ਜੋ ਕੁਝ ਵੀ ਇਹਨਾਂ ਨੇ ਕੀਤਾ ਲੋਕਾਂ ਨੂੰ ਉਹ ਕਿੰਨਾ ਕੁ ਪਸੰਦ ਆਇਆ। ਇਹਨਾਂ ਦੀ ਜ਼ਬਾਨੀ ਹੀ ਸੁਣਦੇ ਹਾਂ ਕੁਝ ਇੱਕ ਗੱਲਾਂ ਬਾਤਾਂ। ਸਭ ਤੋਂ ਪਹਿਲਾਂ ਸਰਦਾਰ ਅਜਮੇਰ ਸਿੰਘ ਜੀ ਔਲਖ, ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੌਹਲ ਸਾਹਿਬ। ਅੱਛਾ, ਬਹੁਤ ਮਿਹਰਬਾਨੀ, ਤੁਸੀਂ ਇੰਨਾ ਲੰਬਾ ਸਮਾਂ ਜੋ ਹੈ ਨਾਟਕ ਖੇਤਰ ਦੇ ਨਾਲ ਜੁੜੇ ਰਹੇ, ਤੁਸੀਂ ਨਾਟਕ ਆਪ ਲਿਖੇ, ਉਹਨਾਂ ਨਾਟਕਾਂ ਨੂੰ ਤੁਸੀਂ ਫਿਰ ਪੰਜਾਬ ਭਰ ਦੇ ਵੱਖ ਵੱਖ ਦੇ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਖੇਡਿਆ, ਸੋ ਇਸ ਦੇ ਨਾਲ ਹੀ ਕਲਾਕਾਰਾਂ ਦੇ ਨਾਲ ਤੁਸੀਂ ਕੰਮ ਕੀਤਾ, ਇਸ ਖੇਤਰ ਦੇ ਨਾਲ ਤੁਸੀਂ ਕਿਵੇਂ ਜੁੜ ਗਏ? ਜੌਹਲ ਸਾਹਿਬ, ਪਹਿਲਾਂ ਤਾਂ ਮੈਂ ਜਿਹੜਾ ਸੀ ਨਾ ਸ਼ੁਰੂ 'ਚ ਕਵਿਤਾ ਵਗੈਰਾ, ਗੀਤ ਵਗੈਰਾ ਲਿਖਦਾ ਸੀ, ਕਹਾਣੀਆਂ ਵੀ ਲਿਖਦਾ ਸੀ, ਪਰ 1970 ਦੇ ਵਿੱਚ ਮੈਨੂੰ ਆਪਣੇ ਕਾਲਜ ਦੇ ਵਿੱਚ, ਨਹਿਰੂ ਮੈਮੋਰੀਅਲ ਕਾਲਜ ਮਾਨਸਾ, ਮੇਰੇ ਪ੍ਰਿੰਸੀਪਲ ਸਾਹਿਬ ਨੇ ਸੱਭਿਆਚਾਰਕ ਜਿਹੜੀ ਐਕਟੀਵਿਟੀਜ਼ ਸੀਆਂ ਉਹਦਾ ਮੈਨੂੰ ਮੁੱਖ ਇੰਚਾਰਜ ਬਣਾ ਦਿੱਤਾ। ਉਸ ਸਮੇਂ ਦੌਰਾਨ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਆਪਣੇ ਬੱਚਿਆਂ ਨੂੰ, ਕਾਲਜ ਦੇ ਸਟੂਡੈਂਟਸ ਨੂੰ, ਵਿਦਿਆਰਥੀਆਂ ਨੂੰ, ਨੌਜਵਾਨ ਮੁੰਡੇ ਕੁੜੀਆਂ ਨੂੰ ਕਈ ਤਰ੍ਹਾਂ ਦੀਆਂ ਆਈਟਮਾਂ ਤਿਆਰ ਕਰਵਾਉਂਦਾ, ਅਤੇ ਜਦੋਂ ਤਿਆਰ ਕਰਵਾ ਕੇ ਮੰਚ ਦੇ ਉੱਤੇ ਉਹ ਪੇਸ਼ ਕਰਦਾ ਨਾ, ਫਿਰ ਮੇਰੇ ਅੰਦਰ ਇਹ ਹੁੰਦੀ ਮੈਂ ਜਿਹੜੀਆਂ ਆਈਟਮਾਂ ਤਿਆਰ ਕਰਵਾਈਆਂ ਨੇ ਇਹਨਾਂ 'ਚੋਂ ਦਰਸ਼ਕਾਂ ਨੂੰ ਕਿਹੜੀਆਂ ਜ਼ਿਆਦਾ ਪਸੰਦ ਆ ਰਹੀਆਂ ਨੇ, ਸਭ ਤੋਂ ਵੱਧ ਕਿਹਨੂੰ ਵੱਧ ਹੰਗਾਰਾ ਮਿਲਦਾ। ਤਾਂ ਹੌਲੀ ਹੌਲੀ ਮੈਨੂੰ ਅਹਿਸਾਸ ਹੋਇਆ ਕਿ ਜਿਹੜੀਆਂ ਮੈਂ ਅਭਿਨੈ ਦੀਆਂ, ਐਕਟਿੰਗ ਦੀਆਂ ਜਿਹੜੀਆਂ ਆਈਟਮਾਂ ਨੇ ਉਹ ਤਿਆਰ ਕਰਾਉਣਾ, ਉਹਨਾਂ ਨੂੰ ਲੇਖਕ ਆਪਣੇ ਦਰਸ਼ਕ ਆ ਜਿਹੜੇ ਜ਼ਿਆਦਾ ਪਸੰਦ ਕਰਦੇ ਆ, ਪਹਿਲੀ ਗੱਲ। ਅਤੇ ਦੂਜਾ ਇਹ ਕਿ ਮੈਨੂੰ ਕਈ ਬੁੱਧੀਮਾਨ ਵਿਦਵਾਨ ਲੋਕਾਂ ਨੇ, ਲੇਖਕਾਂ ਨੇ, ਸਾਹਿਤਕਾਰਾਂ ਨੇ ਵੀ ਜਦੋਂ ਮੇਰੇ ਪਹਿਲੇ 5-4 ਨਾਟਕ ਵੇਖੇ ਉਹਨਾਂ ਨੇ ਵੀ ਇਹ ਰਾਏ ਦਿੱਤੀ ਵੀ ਤੂੰ ਇਸ ਫੋਰਮ ਦੇ ਵਿੱਚ ਬਹੁਤ ਵਧੀਆ ਗੱਲ ਕਰ ਸਕਦਾ, ਅਤੇ ਨਾਟਕਾਂ ਵੱਲ ਤੂੰ ਸੰਜੀਦਾ ਹੋ, ਅਤੇ ਉਸ ਕਰਕੇ ਉਹਨੂੰ ਵੀ ਮੈਨੂੰ ਪ੍ਰੇਰਨਾ ਮਿਲੀ। ਤੀਜਾ ਇਹ ਕਿ ਮੈਂ ਫਿਰ ਆਪਣੇ ਨਾਟਕ ਕਾਲਜ ਦੇ ਦਾਇਰੇ 'ਚ ਲਿਜਾ ਕੇ ਪਿੰਡਾਂ ਵਿੱਚ ਜਾਂ ਹੋਰ ਥਾਵਾਂ 'ਤੇ ਲਿਜਾਣੇ ਸ਼ੁਰੂ ਕੀਤੇ, ਕਿਉਂਕਿ ਮੇਰੇ ਨਾਟਕਾਂ ਦਾ ਮੁੱਖ ਵਿਸ਼ਾ ਜਿਹੜਾ ਹੁੰਦਾ ਪੰਜਾਬ ਦੇ ਪੇਂਡੂ ਲੋਕਾਂ ਦੀਆਂ ਆਮ ਸਮੱਸਿਆਵਾਂ ਹੁੰਦੀਆਂ, ਚਾਹੇ ਉਹ ਆਰਥਿਕ ਸਮੱਸਿਆਵਾਂ ਹੋਣ, ਚਾਹੇ ਸਮਾਜਿਕ ਸਮੱਸਿਆਵਾਂ ਹੋਣ, ਤਾਂ ਮੈਂ ਦੇਖਿਆ ਕਿ ਉਹ ਲੋਕ ਵੀ ਮੇਰੇ ਨਾਟਕਾਂ ਨੂੰ ਬਹੁਤ ਪਸੰਦ ਕਰਦੇ ਨੇ। ਤਾਂ ਹੌਲੀ ਹੌਲੀ ਫਿਰ ਮੈਂ ਇਹੀ ਹੋਇਆ ਕਿ ਮੈਂ ਉਹ ਜਿਹੜਾ ਗੀਤ ਲਿਖਦਾ ਸੀ ਜਾਂ ਕਵਿਤਾ ਲਿਖਦਾ ਸੀਗਾ, ਉੱਧਰੋਂ ਮੇਰਾ ਜਿਹੜੀ ਦਿਲਚਸਪੀ ਘੱਟ ਕੇ ਇਹ ਨਾਟਕ ਲਿਖਣ ਵੱਲ ਵੱਧ ਹੋ ਗਈ। ਅੱਛਾ, ਤੁਸੀਂ ਦਰਸ਼ਕਾਂ ਦੀ ਪਸੰਦ ਦੀ ਗੱਲ ਕੀਤੀ ਹੈ, ਜਦੋਂ ਵੀ ਅੱਜ ਅਸੀਂ ਕਿਤੇ ਕਿਸੇ ਗੀਤ ਲੇਖਕ ਨਾਲ ਗੱਲ ਕਰਦੇ ਹਾਂ ਜਾਂ ਕਿਸੇ ਗਾਇਕ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਜੀ ਅਸੀਂ ਉਹੀ ਲਿਖਦੇ ਅਤੇ ਉਹੀ ਗਾਉਂਦੇ ਹਾਂ ਜੋ ਲੋਕ ਪਸੰਦ ਕਰਦੇ ਨੇ, ਅਤੇ ਪਰ ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਕਿਸ ਕਦਰ ਇਹ ਟੈਲੀਵਿਜ਼ਨ 'ਤੇ ਨੰਗੀਆਂ ਨੰਗੀਆਂ ਤਸਵੀਰਾਂ ਆਉਂਦੀਆਂ ਨੇ ਉਹਨਾਂ ਗੀਤਾਂ ਦੇ ਵਿੱਚ, ਅਤੇ ਦੂਸਰੇ ਪਾਸੇ ਉਹ ਕਹਿੰਦੇ ਕਿ ਅਸੀਂ ਉਹ ਕੁਝ ਕਰ ਰਹੇ ਹਾਂ ਜੋ ਲੋਕ ਦੇਖਣਾ ਸੁਣਨਾ ਚਾਹੁੰਦੇ ਨੇ, ਸੋ ਤੁਸੀਂ ਵੀ ਲੋਕਾਂ ਦੀ ਪਸੰਦ ਤੋਂ ਵਾਕਫ ਹੋ, ਕਿਸ ਕਿਸਮ ਦਾ ਲੋਕਾਂ ਦਾ ਟੇਸਟ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ, ਮੈਂ ਬਲਕਿ ਇਸ ਤੋਂ ਬੜਾ ਸੁਚੇਤ ਤੌਰ 'ਤੇ ਬਚ ਕੇ ਚਾਹੁੰਦਾ ਵੀ ਜੋ ਕੁਛ ਲੋਕ ਚਾਹੁੰਦੇ ਆ ਉਹ ਨਹੀਂ, ਜੋ ਕੁਝ ਲੋਕਾਂ ਨੂੰ ਚਾਹੀਦਾ ਜਾਂ ਜਿਹੜੇ ਪਾਸੇ ਲੋਕਾਂ ਨੂੰ ਹੋਣਾ ਚਾਹੀਦਾ। ਫਰ ਲੋਕ ਤਾਂ ਇਹ ਵੀ ਚਾਹੁੰਦੇ ਆ ਵੀ ਪੁੱਤੀ ਪੁੱਤ ਹੁਣ ਧੀਆਂ ਨਾ ਹੋਣ, ਮੈਂ ਉਹਨਾਂ ਨੂੰ ਇਹ ਵੀ ਦੱਸਣਾ ਵੀ ਪੁੱਤਾਂ ਦੇ ਨਾਲ ਧੀਆਂ ਵੀ ਵੱਡੀਆਂ ਇੰਪੋਰਟੈਂਟ ਨੇ ਸਮਾਜ ਦੀ ਸਮੱਸਿਆ, ਇਸ ਕਰਕੇ ਜਿਹੜਾ ਹੈ ਕਿ ਉਹਨਾਂ ਨੂੰ ਅਸੀਂ ਸਮਾਜ ਪ੍ਰਤੀ ਜਿਹੜਾ ਸੁਚੇਤ ਕਰਦਾ, ਜਿੱਥੇ ਇੱਕ ਲੇਖਕ ਦਾ ਜਾਂ ਇੱਕ ਰੰਗਕਰਮੀ ਦਾ ਜਾਂ ਇੱਕ ਗਾਇਕ ਦਾ ਫਰਜ਼ ਬਣਦਾ ਹੈ। ਤਾਂ ਇਹ ਨਹੀਂ ਹੈ ਕਿ ਉਹਨਾਂ ਤੋਂ ਪੈਸੇ ਬਟੋਰਨ ਵਾਸਤੇ, ਉਹ ਤਾਂ ਬਹੁਤ ਸਾਰੇ ਸਮਾਜ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਤਾਂ ਇਹ ਨਹੀਂ ਹੈ, ਮੈਂ ਇਹ ਸਮਝ ਕੇ ਕਿ ਵੀ ਲੋਕਾਂ ਨੂੰ ਅਸੀਂ ਕੁਛ ਦੱਸਣਾ ਵੀ ਆਹ ਵੀ ਬਹੁਤ ਵਧੀਆ, ਅਤੇ ਇਸ ਕਰਕੇ ਮੈਂ ਤਾਂ ਉਸ ਤਰ੍ਹਾਂ ਦੀ ਨਹੀਂ ਮੈਂ ਲਿਖਦਾ ਨਾਟਕ ਵੀ ਹਾਂ ਇਹ ਮੈਂ ਲਿਖੂੰਗਾ ਇਹਦੇ ਮੈਨੂੰ ਬਹੁਤ ਸਾਰੇ ਪੈਸੇ ਬਣਨਗੇ, ਜਾਂ ਜਿਹੜਾ ਉਸ ਲੈਵਲ 'ਤੇ 14-15 ਸਾਲ ਦੇ ਬੱਚੇ ਨੇ ਉਹਨਾਂ ਨੂੰ ਮੁੱਖ ਰੱਖ ਕੇ ਅਸੀਂ ਗੀਤ ਲਿਖ ਲੈਂਦੇ ਹਾਂ, ਸਾਨੂੰ ਪਤਾ ਵੀ ਉਹਨਾਂ ਦੀ ਬਹੁਤ ਇੱਕ ਡਿਵੈਲਪਮੈਂਟ ਕਿੰਨੀ ਕੁ ਹੈ ਕਿੰਨੀ ਕੁ ਨਹੀਂ ਹੈ, ਨਹੀਂ ਉਹ ਲੇਕਿਨ ਉਹਨਾਂ 'ਚ ਐਨਰਜੀ ਹੈ ਵੀ ਉਹਨੂੰ ਅਸੀਂ ਉਹ ਜਿਹੜੀ ਐਨਰਜੀ ਆ ਅਸੀਂ ਉਹਨੂੰ ਚੰਗੇ ਪਾਸੇ ਕਿਸ ਤਰ੍ਹਾਂ ਪਾਉਣਾ, ਇਸ ਕਰਕੇ ਮੈਂ ਤਾਂ ਉਹਦਾ ਸਮਾਜਿਕ ਪੱਖ ਜ਼ਿਆਦਾ ਮਹੱਤਵਪੂਰਨ ਰੱਖਦਾ ਵੀ ਉਹਨਾਂ ਦੇ ਅੰਦਰ ਚੇਤਰਤਾ ਪੈਦਾ ਹੋਵੇ ਵੀ ਅਸੀਂ ਕੀ ਹਾਂ, ਐਵੇਂ ਇਸੇ ਸੈਕਸ ਨਾਲ ਜੁੜੀਆਂ ਗੱਲਾਂ ਨੇ ਬੜੀਆਂ ਉੱਚੀਆਂ ਵੀ ਕੀਤੀਆਂ ਜਾ ਸਕਦੀਆਂ ਨੇ, ਪਰ ਪੈਸੇ ਬਟੋਰਨ ਵਾਸਤੇ ਬੜੀਆਂ ਸਸਤੀਆਂ ਵੀ ਕੀਤੀਆਂ ਜਾ ਸਕਦੀਆਂ। ਅੱਛਾ, ਤੁਸੀਂ ਸਮਾਜਿਕ ਬੁਰਾਈਆਂ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ, ਉਸ ਦੇ ਬੁਰਾਈਆਂ ਦੇ ਹੱਲ ਵੀ ਸੁਝਾਏ, ਕਿੰਨੇ ਕੁ ਕਾਮਯਾਬ ਹੋਏ?
ਇੰਨੇ ਕਾਮਯਾਬ ਹੁਣ ਇਸ ਤਰ੍ਹਾਂ ਤਾਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ, ਪਰ ਕਿਉਂਕਿ ਮੇਰੇ ਨਾਟਕਾਂ ਨੂੰ ਜਿੱਥੇ ਦੂਸਰੀ ਕਿਸਮ ਦਾ ਲਾਚਰ ਕਿਸਮ ਦਾ ਪ੍ਰੋਗਰਾਮ ਵੀ ਪੰਜਾਬ ਦੇ ਵਿੱਚ ਚੱਲਦਾ ਹੈ, ਉਸ ਦੇ ਮੁਕਾਬਲੇ 'ਤੇ ਲੋਕ ਸਾਨੂੰ ਵੀ ਬੁਲਾਉਂਦੇ ਨੇ, ਤਾਂ ਲੱਗਦਾ ਕਿ ਜੇ ਮੈਂ 40 ਸਾਲਾਂ ਤੋਂ ਥੀਏਟਰ ਨਾਲ ਜੁੜਿਆ, ਨਾਟਕ ਲਿਖਦਾ ਜਾਂ ਨਾਟਕ ਕਰਦਾ, ਤਾਂ ਇਹਦੇ ਵਿੱਚ ਮੈਨੂੰ ਇਸ ਤਰ੍ਹਾਂ ਦਾ ਅਹਿਸਾਸ ਹੁੰਦਾ ਕਿ ਮੈਂ ਕੁਝ ਚੰਗਾ ਕਰ ਰਿਹਾ, ਲੋਕ ਮੇਰੀ ਮੰਗ ਕਰ ਰਹੇ ਨੇ। ਔਰ ਨੌਜਵਾਨਾਂ ਨੂੰ ਵੀ, ਕਿਹੜੇ ਸਿਆਣੇ ਮੈਚਿਓਰ ਬੰਦੇ ਹੁੰਦੇ ਹਨ, ਜਦੋਂ ਅਸੀਂ ਨਾਟਕ ਕਰਦੇ ਹਾਂ, ਜਦੋਂ ਮੂਹਰੇ ਆਮ ਤੌਰ 'ਤੇ ਨੌਜਵਾਨ ਅੱਗੇ ਹੋ ਕੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਦੇ ਨੇ, ਤਾਂ ਜਿਹੜੇ ਅਗਾਂਹ ਵਧੂ ਵਿਚਾਰਾਂ ਵਾਲੇ ਨੇ ਜਾਂ ਸਮਾਜ ਨੂੰ ਕੁਛ ਦੇਣਾ ਚਾਹੁੰਦੇ ਨੇ, ਉਹੋ ਜਿਹੇ ਨੌਜਵਾਨ ਸਾਥੋਂ ਕੰਮ ਕਰਾਉਂਦੇ ਨੇ, ਉਹੋ ਜਿਹੀਆਂ ਜਥੇਬੰਦੀਆਂ ਸਾਡੇ ਨਾਟਕ ਕਰਾਉਂਦੀਆਂ, ਤਾਂ ਵੱਡੇ ਬਜ਼ੁਰਗ ਸਿਆਣੇ ਵੀ ਉਹਨਾਂ ਨੂੰ ਕਹਿੰਦੇ ਹੁੰਦੇ ਆ ਕਿ ਭਾਈ ਇਹੋ ਜਿਹੇ ਵੀ ਪ੍ਰੋਗਰਾਮ ਕਰਾਇਆ ਕਰੋ, ਗਾਉਣਾ ਸਾਉਣਾ ਜਿਹੜਾ ਬੜਾ ਗੰਦ ਮੰਦਾ ਉੱਥੋਂ ਬਚਿਆ ਕਰੋ, ਆਹ ਵਧੀਆ ਗੱਲਾਂ ਨੇ। ਇਹ ਨਹੀਂ ਮੈਂ ਕਹਿੰਦਾ ਵੀ ਗਾਇਕੀ ਸਾਰੀ ਮਾੜੀ ਹੈ, ਗਾਇਕੀ ਬਹੁਤ ਅੱਛੀ ਹੈ, ਬਹੁਤ ਉਹ ਵੀ ਹੋਣੀ ਚਾਹੀਦੀ ਹੈ, ਲੇਕਿਨ ਜਿਹੜਾ ਸਾਡਾ ਹੈ, ਮੇਰਾ ਇਹ ਲਿਟਰੇਰੀ ਐਸਪੈਕਟ ਹੈ ਕਿ ਸਾਹਿਤ ਦੇ ਨੇ ਸਮਾਜ ਦੇ ਵਿੱਚੋਂ ਗੰਦਗੀ ਨੂੰ ਧੋਣਾ ਹੁੰਦਾ, ਸਾਡੇ ਮਨ ਦੀ ਮੈਲ ਨੂੰ ਸਾਫ਼ ਕਰਕੇ ਉਹਨੂੰ ਪਵਿੱਤਰ ਬਣਾਉਣਾ ਹੁੰਦਾ, ਉਹਨੂੰ ਹੋਰ ਮਾੜਾ ਨਹੀਂ ਬਣਾਉਣਾ ਹੁੰਦਾ। ਇਸ ਕਰਕੇ ਇਹਨਾਂ ਗੱਲਾਂ ਨੂੰ ਮੁੱਖ ਰੱਖਿਆ, ਸਾਨੂੰ ਬੜੀ ਕਾਮਯਾਬੀ ਹੈ। ਮੈਂ ਖੁਸ਼ ਹਾਂ ਕਿ ਪਿਛਲੇ ਕੋਈ 2008 ਦੇ ਵਿੱਚ ਮੈਨੂੰ ਕੈਂਸਰ ਦੀ ਬਿਮਾਰੀ ਆ ਪਈ ਸੀ, ਤਾਂ ਮੈਨੂੰ ਮੇਰੇ ਲੋਕਾਂ ਨੇ ਜਿਨ੍ਹਾਂ ਨੇ ਨਾਟਕ ਵੇਖਦੇ ਸੀ ਗੰਭੀਰ ਕਿਸਮ ਦੇ, ਉਹਨਾਂ ਲੋਕਾਂ ਨੇ ਮੈਨੂੰ ਬਚਾ ਲਿਆ, ਨਹੀਂ ਮੈਂ ਬਚ ਨਹੀਂ ਸਕਦਾ। ਮੇਰਾ ਇੱਕ ਵੀ ਪੈਸਾ ਮੇਰੇ ਦਰਸ਼ਕਾਂ ਨੇ, ਮੇਰੇ ਨਾਟਕਾਂ ਦੇ ਪਾਠ ਪੜ੍ਹਨ ਵਾਲਿਆਂ ਨੇ, ਪਾਠਕਾਂ ਨੇ ਨਹੀਂ ਲੱਗਣ ਦਿੱਤਾ, ਤਾਂ ਇਹਦਾ ਇਸ ਤੋਂ ਇਹੀ ਲੱਗਦਾ ਕਿ ਮੈਂ ਕੋਈ ਚੰਗਾ ਹੀ ਕੰਮ ਕਰ ਰਿਹਾ ਜਿਹੜਾ ਇਸ ਤਰ੍ਹਾਂ ਦਾ। ਸੋ ਮੈਨੂੰ ਲੱਗਦਾ ਵੀ ਮੈਨੂੰ ਅਹਿਸਾਸ ਹੋਇਆ ਉਦੋਂ ਬਲਕਿ ਕਿ ਮੈਂ ਚੰਗਾ ਹੀ ਕੰਮ ਕਰ ਰਿਹਾ, ਲੇਕਿਨ ਜਿਹੜਾ ਲੋਕਾਂ ਨੇ ਕੋਈ ਮਾੜਾ ਨਹੀਂ ਕਰ ਰਿਹਾ, ਉਹ ਇਸੇ 'ਚੋਂ ਮੈਨੂੰ ਲੱਗਦਾ ਮੈਂ ਜੋ ਕੁਝ ਕੀਤਾ ਚੰਗਾ ਕੀਤਾ, ਕਾਮਯਾਬੀ ਹੈ ਮੇਰੇ ਲਈ ਬਹੁਤ ਵਧੀਆ। ਚਲੋ ਜੀ, ਫਿਰ ਪੰਜਾਬ ਦੇ ਜੋ ਨੌਜਵਾਨ ਹਨ, ਬੱਚੇ ਹਨ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਤੁਹਾਨੂੰ ਪੜ੍ਹਦੇ ਨੇ, ਤੁਹਾਡੇ ਨਾਟਕ ਪੜ੍ਹਦੇ ਹਨ, ਅਤੇ ਕਿਹਾ ਜਾਂਦਾ ਕਿ ਜੋ ਵੀ ਜ਼ਿੰਦਗੀ ਦੇ ਵਿੱਚ ਅਸੀਂ ਕਰੀਏ, ਅਸੀਂ ਜੇ ਸਿੱਖ ਕੇ ਕਰੀਏ ਤਾਂ ਬਿਹਤਰ ਕਰ ਸਕਦੇ ਹਾਂ। ਸੋ ਨਾਟਕ ਲੇਖਕ ਨੂੰ ਜ਼ਿੰਦਗੀ ਦੇ ਵਿੱਚ ਨਾਟਕ ਸਿੱਖ ਕੇ ਲਿਖਣਾ ਚਾਹੀਦਾ ਕਿ ਜਾਂ ਨਾਟਕ ਆਪਣੇ ਆਪ ਉਪਜਦਾ? ਦੇਖੋ, ਜਿਹੜੀ ਟ੍ਰੇਨਡ ਹੈ, ਜਿਹੜੀ ਟ੍ਰੇਨਿੰਗ ਹੈ ਨਾ, ਉਹ ਕੋਈ ਮਾੜੀ ਨਹੀਂ ਹੈ, ਟ੍ਰੇਨਿੰਗ ਜ਼ਰੂਰ ਹੁਣ ਹੋਵੇ ਤਾਂ, ਲੇਕਿਨ ਜੇ ਇਹਦਾ ਮਤਲਬ ਜੇ ਟ੍ਰੇਨਡ ਤੁਹਾਨੂੰ ਕਲਾਕਾਰ ਨਹੀਂ ਮਿਲਦੇ ਤਾਂ ਤੁਸੀਂ ਕੰਮ ਹੀ ਨਹੀਂ ਕਰਨਾ ਚਾਹੀਦਾ। ਮੈਂ ਇੱਕ ਕਮਿਟਮੈਂਟ ਦੇ ਅਧੀਨ ਤੋਂ ਦੱਸਿਆ ਵੀ ਮੈਂ ਪੈਸੇ ਕਮਾਉਣ ਵਾਸਤੇ ਜਾਂ ਪ੍ਰੋਫੈਸ਼ਨਲ ਕਮਰਸ਼ੀਅਲ ਮੇਰਾ ਥੀਏਟਰ ਦੀ ਹੈ, ਮੇਰਾ ਪਹਿਲਾ ਨਿਸ਼ਾਨਾ ਵੀ ਮੈਂ ਲੋਕਾਂ ਤੱਕ ਕੋਈ ਚੱਜ ਦੀ ਗੱਲ ਪਹੁੰਚਦੀ ਕਰ ਸਕਾਂ, ਤੂੰ ਅਜਿਹੇ ਕੰਮ ਵਾਸਤੇ ਜਿਹੜਾ ਪੈਸੇ ਤਾਂ ਉਹਦੇ ਵਿੱਚੋਂ ਨਹੀਂ ਉਹ ਹੁੰਦੇ। ਸੋ ਮੈਂ ਜਿਹੜੇ ਉਹ ਇਸ ਕਰਕੇ ਜਿਹੜੇ ਕਲਾਕਾਰ ਵੀ ਮੈਂ ਬਹੁਤ ਇਹ ਲੈਂਦਾ ਕਿ ਜਿਹੜੇ ਮੇਰੇ ਜਿਹੜੇ ਨਾਟਕ ਨੇ ਪੇਂਡੂ ਜ਼ਿੰਦਗੀ ਬਾਰੇ ਨੇ, ਮੈਂ ਪੇਂਡੂ ਬੱਚਿਆਂ 'ਚੋਂ ਬਹੁਤ ਹੀ ਆਪਣੇ ਆਰਟਿਸਟ ਲੈਣਾ ਤਾਂ ਕਿ ਉਹ ਸਮੱਸਿਆ ਨੂੰ ਸਮਝਦੇ ਹੋਣ, ਉਹ ਮੇਰੀ ਬੋਲੀ ਦੇ ਜਿਹੜੇ ਪਰਤਾਂ ਨੇ ਉਹਨੂੰ ਸਮਝਦੇ ਹੋਣ, ਪੰਜਾਬੀ ਬੋਲੀ ਨੂੰ ਦੇ ਜਿਹੜੇ ਆਰਥਿਕ, ਸਮਾਜਿਕ, ਸੱਭਿਆਚਾਰਕ ਉਹਦੀਆਂ ਜਿਹੜੇ ਤਹਾਂ ਨੇ ਉਹਨਾਂ ਨੂੰ ਸਮਝਣ ਦੇ ਸਮਰਥ ਹੋਣ, ਤਾਂ ਮੇਰੇ ਜਿਹੜੇ ਕਲਾਕਾਰ ਨੇ ਉਹੋ ਜਿਹੇ, ਤਾਂ ਉਹਨਾਂ ਨੂੰ ਮੈਂ ਕਹਿਣਾ ਵੀ ਆਪਾਂ ਇੱਕ ਕਮਿਟਮੈਂਟ ਦੇ ਅਧੀਨ ਇਹ ਕਰਨਾ, ਜੇ ਤੁਸੀਂ ਮੇਰੇ ਨਾਲ ਇਹ ਕੰਮ ਕਰ ਦਿਓ ਤਾਂ ਠੀਕ ਹੈ। ਮੈਂ ਪਹਿਲਾਂ ਗੱਲ ਕਲੀਅਰ ਕਰ ਦਿੰਦਾ ਵੀ ਇਹ ਜੋ ਪੈਸਾ ਪੂਸਾ ਕਮਾਉਣ ਵਾਲੀ ਬਹੁਤੀ ਗੱਲ ਨਹੀਂ ਹੈ, ਇਹ ਗੱਲ ਮੈਂ ਜ਼ਰੂਰ ਕਹਿਣਾ ਵੀ ਮੈਂ ਤੁਹਾਨੂੰ ਇਹ ਨਹੀਂ ਹੈ ਵੀ ਆਪਦਾ ਰੁਜ਼ਗਾਰ ਵੀ ਤੁਹਾਡਾ ਚੱਲਦਾ ਰਹੇ, ਅਤੇ ਉਨੇ ਕੁ ਮੈਂ ਜ਼ਰੂਰ ਦਿਉ ਜਿੰਨੇ ਕੁ ਹਿੱਸੇ 'ਚੋਂ ਹਿੱਸਾ ਜਿੰਨਾ ਕੁ ਮਿਲਦਾ ਉਹਦੇ। ਸੋ ਪੇਂਡੂ ਕਲਾਕਾਰ ਨੇ ਮੇਰੀ ਆਪਣੀ ਮਿਸਜ ਨੂੰ ਮੈਂ ਆਪਣੇ ਲਾਇਆ, ਤੁਹਾਨੂੰ ਪਤਾ ਵੀ ਲੜਕੀਆਂ ਦੀ ਬੜੀ ਸਮੱਸਿਆ ਹੁੰਦੀ ਹੈ, ਮਿਸਜ ਨੂੰ ਲਾਇਆ ਤਾਂ ਹੋਰ ਲੜਕੀਆਂ, ਮੇਰੀਆਂ 3 ਬੇਟੀਆਂ ਨੇ, 3 ਬੇਟੀਆਂ ਜਿਵੇਂ ਮੇਰੇ 3 ਜਵਾਈ ਨੇ, ਉਹ ਵੀ ਇਸ ਲਾਈਨ ਦੇ ਨਾਲ ਜੁੜੇ ਨੇ। ਸੋ ਇੱਕ ਕਮਿਟਮੈਂਟ ਜਦੋਂ ਹੁੰਦੀ ਹੈ ਫਿਰ ਤੁਹਾਨੂੰ ਇੱਕ ਸ਼ਕਤੀ ਮਿਲਦੀ ਹੈ, ਤੋ ਉਸ ਸ਼ਕਤੀ ਕਰਕੇ ਵੀ ਹਾਂ ਅਸੀਂ ਸਮਾਜ ਦੇ ਲਈ ਕੁਛ ਕਰ ਰਹੇ ਹਾਂ ਅਤੇ ਸਮਾਜ ਹੁੰਗਾਰਾ ਭਰਦਾ ਕਰ ਰਹੇ ਹਾਂ, ਲੇਕਿਨ ਅਦਰਵਾਈਜ਼ ਇਹ ਨਹੀਂ ਹੈ ਕਿ ਵੀ ਜਿਵੇਂ ਕਹਿੰਦੇ ਵੀ ਲੋਕ ਦਾ ਮੰਗ ਕਰਦੇ, ਉਹ ਨਹੀਂ ਕਰਦੇ, ਕਰਨੀ ਉਹੀ ਹੈ ਜਿਹੜੀ ਮੈਨੂੰ ਲੱਗਦੀ ਹੈ ਵੀ ਲੋਕਾਂ ਤੱਕ ਆ ਪਹੁੰਚਣੀ ਚਾਹੀਦੀ। ਅੱਛਾ, ਤੁਸੀਂ 1965 ਤੋਂ ਅਧਿਆਪਨ ਦੇ ਨਾਲ ਅਤੇ ਇਸ ਨਾਟਕ ਕਲਾ ਦੇ ਨਾਲ ਜੁੜੇ ਹੋਏ ਹੋ, ਸੋ ਨਾਟਕ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਉਪਜਦਾ? ਇਸ ਦੀ ਤੁਹਾਨੂੰ ਕੋਈ ਟ੍ਰੇਨਿੰਗ ਕਦੀ ਤੁਸੀਂ ਲਈ ਹੈ ਕਿ ਜਾਂ ਇਹ ਕੁਦਰਤ ਦੀ ਹੀ ਦੇਣ? ਨਹੀਂ, ਦੇਖੋ ਜਿਹੜੀ ਸਾਹਿਤ ਰਚਨਾ ਹੈ ਇਹ ਕੁਦਰਤੀ ਦੇਣ ਹੁੰਦੀ ਹੈ, ਮਨੁੱਖ ਵੱਲੋਂ, ਕੁਦਰਤ ਵੱਲੋਂ ਮਿਲਦੀ ਹੈ, ਮਾਨਸਿਕ। ਇਹ ਠੀਕ ਹੈ ਕਿ ਬਾਅਦ ਦੇ ਵਿੱਚ ਬੰਦਾ ਕੁਝ ਐਫਰਟਸ ਕਰਦਾ, ਕੁਝ ਜ਼ਿਆਦਾ ਯਤਨ ਕਰਦਾ ਵੀ ਉਹਨੂੰ ਜ਼ਿਆਦਾ ਸੁਧਾਰ ਲੈਂਦਾ। ਤੋ ਮੈਨੂੰ ਜਿਹੜੀ ਸਾਹਿਤਕ ਮਾਨਸਿਕਤਾ, ਤਾਂ ਮੈਨੂੰ ਬਚਪਨ ਤੋਂ ਸੀ, ਮੈਂ 8-9 ਸਾਲ ਦੀ ਉਮਰ ਦੇ ਵਿੱਚ ਛੋਟਾ ਛੋਟਾ ਸੀ ਜਦੋਂ ਗੀਤ ਲਿਖਣ ਲੱਗ ਗਿਆ ਸੀਗਾ, ਕਹਾਣੀਆਂ ਲਿਖਦਾ ਰਿਹਾ, ਬਾਅਦ ਦੇ ਵਿੱਚ ਮੈਂ ਇੱਕ ਨਾਵਲ ਵੀ ਲਿਖਿਆ ਸੀਗਾ। ਲੇਕਿਨ ਇਹ ਜਿਹੜਾ ਸੀਗਾ ਇਹ ਟ੍ਰੇਨਡ ਦਾ ਨਹੀਂ ਹੈ, ਹੋਰ ਕੁਛ ਤੁਸੀਂ ਬਸ ਤੁਸੀਂ ਟ੍ਰੇਨਿੰਗ ਦੇ ਨਾਲ ਡਾਕਟਰ ਬਣ ਸਕਦੇ, ਤੁਸੀਂ IPS IAS ਦਾ ਇਮਤਿਹਾਨ ਪਾਸ ਕਰ
ਕਰ ਸਕਦੇ ਹੋ ਜਾਂ ਹੋਰ ਕਿਸੇ ਬਿਜ਼ਨਸ 'ਚ ਵਧੀਆ ਕੰਮ ਕਰ ਸਕਦੇ ਹੋ ਟ੍ਰੇਨਿੰਗ ਦੇ ਨਾਲ, ਲੇਕਿਨ ਤੁਸੀਂ ਲੇਖਕ ਨਹੀਂ ਬਣ ਸਕਦੇ। ਭਾਵੇਂ ਕਿਸੇ ਕੋਲ ਨਾ ਕੋਈ ਸਕੂਲ ਲਾ ਸਕਦਾ ਇਹਦਾ ਅਤੇ ਨਾ ਹੀ ਸਿਖਾ ਸਕਦਾ। ਇਹ ਠੀਕ ਹੈ ਕਿ ਵੱਡੇ ਲੇਖਕ ਵਿਦਵਾਨ ਉਹਨਾਂ ਨੂੰ ਪੜ੍ਹ ਕੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲ ਜਾਂਦੀਆਂ ਨੇ ਇਸ ਤਰ੍ਹਾਂ ਦੀ, ਲੇਕਿਨ ਸੋ ਮੈਂ ਇਸ ਤਰ੍ਹਾਂ ਦੀ ਸੀਗਾ, ਮੈਂ ਕਿਸੇ ਟ੍ਰੇਨਿੰਗ ਨਹੀਂ ਲਈ ਅਤੇ ਨਾ ਹੀ ਮੇਰੇ ਕੋਈ ਐਕਟਰ ਨੇ ਜਿਹੜੇ ਟ੍ਰੇਨਿੰਗ ਲਏ। ਮੈਂ ਆਪਣੇ ਐਕਸਪੀਰੀਅੰਸ ਦੇ ਵਿੱਚੋਂ, ਮੈਨੂੰ ਈਵਨ ਮੈਂ ਹਾਲੇ ਤੱਕ ਵੀ ਜਿਹੜੀਆਂ ਥੀਏਟਰ ਦੀਆਂ ਜੋ ਥਿਊਰੀਆਂ ਨੇ ਉਹਨਾਂ ਬਾਰੇ ਐਵੇਂ ਕਹਾਂ, ਮੈਨੂੰ ਬਹੁਤਾ ਨਹੀਂ ਪਤਾ। ਲੇਕਿਨ ਜਦੋਂ ਮੈਂ ਪਿੰਡਾਂ 'ਚ ਕੀਤਾ, ਜਿੱਥੇ ਮੈਂ ਕੀਤਾ ਵੀ ਮੇਰੀ ਮੈਂ ਇਸ ਸਟੇਜ 'ਤੇ ਕਰਨਾ, ਇਹੋ ਜਿਹੇ ਲੋਕਾਂ 'ਚ ਕਰਨਾ, ਇਹੋ ਜਿਹੇ ਮੇਰੇ ਦਰਸ਼ਕ ਨੇ, ਉੱਥੋਂ ਮੈਂ ਆਪਣੇ ਸਿਧਾਂਤ ਬਣਾਏ। ਮੈਂ ਉੱਥੇ ਵੀ ਮੈਂ ਆਪਣੀ ਤਕਨੀਕ ਵੀ ਆਪਣੀ ਬਣਾਈ। ਮੈਂ ਆਪਣੇ ਲੇਖਕਾਂ ਆਪਣੇ ਕਲਾਕਾਰਾਂ ਨੂੰ ਕਿਹਾ ਵੀ ਜਦੋਂ ਤੁਸੀਂ ਮੂਵਮੈਂਟ ਬਣਾਉਣੀ ਹੈ ਤਾਂ 45 ਦੀ ਬਣਾਉਣੀ ਹੈ, ਇੱਥੇ ਖਾਣਾ ਤਾਂ 90 'ਤੇ ਕਰਨਾ, ਇੱਥੇ ਕੰਪੋਜੀਸ਼ਨ, ਇੱਥੇ ਬੰਦੇ ਇੰਨੇ ਖਾਣੇ ਜਾਂਦੇ। ਉਹ ਮੈਂ ਆਪਣੀ ਜ਼ਿੰਦਗੀ 'ਚ ਕਰ ਕਰਕੇ ਨਾਟਕ ਨਾ ਆਪ ਸਿੱਖਿਆ। ਜਦੋਂ ਬਾਅਦ 'ਚ ਮੈਂ ਕਿਤਾਬਾਂ ਪੜ੍ਹੀਆਂ ਵੀ ਤਾਂ ਮੈਨੂੰ ਲੱਗਿਆ ਵੀ ਮੇਰੀਆਂ ਜਿਹੜੀਆਂ ਸਿਧਾਂਤ ਮੇਰੇ ਦਿਮਾਗ 'ਚ ਮੈਂ ਆਪ ਪੈਦਾ ਕਰੇ ਸੀਗੇ, ਉਹ ਜਿਹੜੇ ਦੂਜੀ ਜਿਹੜੇ ਕਿਤਾਬਾਂ 'ਚ ਲਿਖੇ ਉਹਨਾਂ ਨਾਲ ਕੋਈ ਬਹੁਤੇ ਵੱਖਰੇ ਨਹੀਂ। ਹਾਂ, ਸਿਰਫ ਕਿ ਸਾਡੀ ਜ਼ਿੰਦਗੀ ਹੁਣ ਫਸ ਕਰੋ, ਮੈਂ ਨਾਟਕ ਕਰਨਾ ਪਿੰਡ ਦੇ ਵਿੱਚ, ਸਟੇਜ 10x12 ਦੀ ਮੈਨੂੰ ਉੱਥੇ ਜਾ ਕੇ ਮਿਲ ਗਈ ਵੀ ਤੁਸੀਂ ਇੱਥੇ ਨਾਟਕ ਕਰੋ, ਕਿਸੇ ਉੱਚੀ ਮਿਲ ਗਈ, ਕਿਤੇ ਨੀਵੀਂ ਮਿਲ ਗਈ। ਤਾਂ ਉਹ ਮੈਂ ਜਦੋਂ ਨਾਟਕ ਲਿਖਦਾ ਜਾਂ ਤਿਆਰ ਕਰਦਾ, ਮੇਰੇ ਸਾਹਮਣੇ ਹੁੰਦਾ ਕਿ ਮੈਂ ਪਿੰਡਾਂ 'ਚ ਨਾਟ, ਮੈਂ ਪਿੰਡਾਂ ਦੇ ਨਾਟ ਦੀ ਸਟੇਜ ਨੂੰ ਮੁੱਖ ਰੱਖ ਕੇ ਨਾਟ। ਮੈਂ ਚਾਹੇ ਦਿੱਲੀ 'ਚ ਵੀ ਕਰੇ ਨੇ, ਮੈਂ ਵੱਡੇ ਵੱਡੇ ਸ਼ਹਿਰਾਂ 'ਚ ਵੀ ਕਰੇ ਨੇ, ਮੈਂ ਚੰਡੀਗੜ੍ਹ 'ਚ ਵੀ ਕਰੇ ਨੇ, ਮੈਂ ਬੰਬੇ 'ਚ ਵੀ ਨਾਟਕ ਕਰੇ ਨੇ, ਲੇਕਿਨ ਮੈਂ ਉਹਦੀ ਚੇਂਜ ਨਹੀਂ ਕਰਦਾ। ਬਲਕਿ ਮੈਂ ਉੱਥੇ ਕਹਿੰਦਾ ਵੀ ਮੈਂ ਪੇਂਡੂ ਨਾਟਕਕਾਰ ਹਾਂ, ਪਿੰਡਾਂ 'ਚ ਜਾ ਕੇ ਕਰਦਾ, ਜਿਹੋ ਜਿਹਾ ਮੈਂ ਪਿੰਡਾਂ 'ਚ ਕਰਦਾ, ਮੈਂ ਤੁਹਾਨੂੰ ਉਹਦੀ ਇੱਕ ਵਰਾਇਟੀ ਬਨਗੀ ਦਿਖਾ ਰਿਹਾ, ਇਹ ਕਰਦਾ। ਔਰ ਉੱਥੇ ਵੀ ਮੈਨੂੰ ਕਾਮਯਾਬੀ ਮਿਲੀ ਹੈ, ਕਿਤੋਂ ਇਹੋ ਜਿਹੀ ਥਾਂ ਨਹੀਂ ਮਿਲੀ ਵੀ ਮੈਨੂੰ ਜਿੱਥੇ ਹੂ ਹਾ ਜਾਂ ਹੋਰ ਹੋਇਆ ਜਾਂ ਕਿਸੇ ਨੂੰ। ਇਹ ਠੀਕ ਹੈ, ਕਈ ਥਾਵਾਂ 'ਤੇ ਨਾਟਕ ਚੰਗੇ ਵੀ ਹੋ ਜਾਂਦੇ, ਵਧੀਆ ਪਰਫਾਰਮੈਂਸ ਵੀ ਹੁੰਦੀ ਹੈ, ਕਈ ਥਾਂ ਕਮਜ਼ੋਰ ਵੀ ਹੋ ਜਾਂਦੀ ਹੈ। ਸੋ ਉਹ ਮੈਂ ਕਿਤੋਂ ਟ੍ਰੇਨਿੰਗ ਨਹੀਂ ਲਈ ਅਤੇ ਨਾ ਹੀ ਮੇਰੇ ਕੋਲ, ਨਾ ਹੀ ਮੈਂ ਕਲਾ ਟ੍ਰੇਨ ਕਲਾਕਾਰ ਲੈਣਾ। ਲੇਕਿਨ ਮੈਂ ਇਹ ਜ਼ਰੂਰ ਦੇਖਦਾ ਹੁੰਦਾ ਕਿ ਇਹ ਜਿਹੜੇ ਕਲਾਕਾਰ ਆ, ਇਹਨਾਂ ਨੂੰ ਪੰਜਾਬੀ ਸੱਭਿਆਚਾਰ, ਪੰਜਾਬੀ ਪ੍ਰੋਬਲਮ, ਪੰਜਾਬੀ ਬੋਲੀ ਦਾ ਪੂਰਾ ਹੋ ਗਿਆ ਹੈ। ਤਾਂ ਮੇਰੇ ਲਈ, ਮੈਂ ਸਮਝਦਾ ਕਿ ਮੈਂ ਇੱਕ ਇਸ ਵਿੱਚ ਬੜਾ ਸਫਲ ਹੋਇਆ, ਇਸ ਕਰਕੇ ਪਿਛਲੇ 40 ਸਾਲਾਂ ਤੋਂ ਮੈਂ ਉਹਨਾਂ ਕਲਾਕਾਰਾਂ ਨਾਲ ਨਾਟਕ ਕਰਦਾ ਰਿਹਾ। ਅੱਛਾ, ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦੇ ਵਿੱਚ ਤੁਹਾਡਾ ਨਾਂ ਜਾਣਿਆ ਜਾਂਦਾ ਔਰ ਬੜੇ ਸਤਿਕਾਰ ਦੇ ਨਾਲ ਜਾਣਿਆ ਜਾਂਦਾ। ਸਰਦਾਰ ਅਜਮੇਰ ਸਿੰਘ ਜੀ ਔਲਖ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਨ। ਅੱਛਾ, ਤੁਸੀਂ ਆਪਣੀ ਜ਼ਬਾਨੀ ਵੈਸੇ ਦੱਸੋਗੇ, ਨੌਜਵਾਨ ਵਰਗ ਵੀ ਸਾਡੇ ਦਰਸ਼ਕ ਹਨ, ਕਿ ਕਿੰਨੀਆਂ ਕੁ ਯੂਨੀਵਰਸਿਟੀਆਂ ਦੇ ਵਿੱਚ ਕਿੱਥੇ ਕਿੱਥੇ ਤੁਹਾਡੇ ਨਾਟਕ ਸਿਲੇਬਸ ਵਜੋਂ ਲੱਗੇ ਹੋਏ ਆ? ਹਾਂ, ਲਗਭਗ ਸਾਰੀਆਂ ਪੰਜਾਬ ਦੀਆਂ ਜਿਹੜੀਆਂ 3 ਯੂਨੀਵਰਸਿਟੀਆਂ, ਚੰਡੀਗੜ੍ਹ ਦੀ ਵੀ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿੱਚ ਮੇਰੇ ਨਾਟਕ ਨੇ ਜਿਹੜੇ ਐੱਮ ਏ ਕਲਾਸਿਸ ਦੇ ਵਿੱਚ ਲੱਗੇ ਹੋਏ ਨੇ, ਅਤੇ ਗ੍ਰੈਜੂਏਸ਼ਨ ਦੇ ਵਿੱਚ ਵੀ, ਅੰਡਰ ਗ੍ਰੈਜੂਏਸ਼ਨ ਦੇ ਵਿੱਚ ਵੀ ਮੇਰੇ ਨਾਟਕ ਲੱਗੇ ਹੋਏ ਨੇ। ਈਵਨ ਹਰਿਆਣੇ ਦੀ ਕੁਰਕਸ਼ੇਤਰਾ ਯੂਨੀਵਰਸਿਟੀ 'ਚ, ਦਿੱਲੀ ਯੂਨੀਵਰਸਿਟੀ ਵੀ ਲੱਗਦੇ ਰਹੇ ਨੇ। ਤਾਂ ਇਸ ਪੱਖੋਂ ਮੈਨੂੰ ਬਹੁਤ ਸਾਰੇ, ਮੈਨੂੰ ਲੱਗਦਾ ਵੀ ਮੈਨੂੰ ਆਪ ਨੂੰ ਯਾਦ ਨਹੀਂ ਹੋਣਾ, ਮੇਰੇ ਨਾਟਕਾਂ ਦੇ ਉੱਤੇ ਸਟੂਡੈਂਟਸ ਨੇ, ਵਿਦਿਆਰਥੀਆਂ ਨੇ ਐੱਮ ਫਿਲ ਅਤੇ ਪੀ ਐੱਚ ਡੀ ਦੀਆਂ ਡਿਗਰੀਆਂ ਕਰੀਆਂ ਨੇ। ਸੋ ਜਦੋਂ ਮੈਨੂੰ ਇੱਕ, ਮੈਨੂੰ ਪੰਜਾਬ ਦੇ ਵਿੱਚ ਇੱਕ ਕਹਿੰਦੇ ਵੀ ਇੱਕ ਕਿਸਾਨੀ ਦਾ ਨਾਟਕਕਾਰ ਹੈ, ਆਮ ਤੌਰ 'ਤੇ ਸਾਹਿਤ ਦੇ ਵਿੱਚ ਮੈਨੂੰ ਕਿਹਾ ਜਾਂਦਾ ਵੀ ਪਿੰਡਾਂ ਦਾ ਨਾਟਕਕਾਰ ਹੈ ਲੋਕਾਂ, ਇਸ ਕਰਕੇ ਜਦੋਂ ਮੈਨੂੰ ਇਸ ਤਰ੍ਹਾਂ ਦਾ ਨਾਮ ਮਿਲ ਗਿਆ, ਇਹੋ ਜਿਹੀ ਰਿਕੋਗਨੀਸ਼ਨ ਮਿਲ ਗਈ, ਤਾਂ ਯੂਨੀਵਰਸਿਟੀਆਂ ਵੱਲੋਂ ਵੀ ਮੈਨੂੰ ਮਾਨਤਾ ਮਿਲੀ ਅਤੇ ਮੇਰੇ ਨਾਟਕ ਲਗਭਗ 84 ਦੇ ਵਿੱਚ ਪਹਿਲੀ ਦਫ਼ਾ ਮੇਰੀ ਕਿਤਾਬ ਲੱਗੀ ਸੀ ਪੰਜਾਬੀ ਯੂਨੀਵਰਸਿਟੀ ਦੀ ਪਟਿਆਲਾ ਤੋਂ, ਔਰ 84 ਤੋਂ 1984 ਤੋਂ ਲੈ ਕੇ ਹੁਣ ਤੱਕ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਲਿਟਰੇਚਰ 'ਚ, ਪੰਜਾਬੀ ਊਂ ਜਿਹੜੀਆਂ ਹੈਗੀਆਂ ਪੰਜਾਬੀ ਪੜ੍ਹਾਉਣੇ, ਇੱਕ ਕੰਪਲਸਰੀ ਵੀ ਪੰਜਾਬੀ, ਇੱਕ ਲਿਟਰੇਚਰ ਵੀ ਹੈ, ਉਹਦੇ ਵਿੱਚ ਮੇਰੇ ਨਾਟਕ ਇੰਡੀਪੈਂਡੈਂਟਲੀ ਵੀ ਲੱਗੇ ਹੋਏ ਨੇ, ਪਰ ਮੇਰੀ ਕਿਤਾਬ ਵੱਖਰੇ ਤੌਰ 'ਤੇ ਵੀ ਲੱਗੀਆਂ ਹੋਏ ਨੇ। ਕਈ ਵਾਰ ਕਲੈਕਸ਼ਨ ਦੇ ਵਿੱਚ ਵੀ 4 ਨਾਟਕਕਾਰ ਲੈ ਲਏ, ਉਹਦੇ ਵਿੱਚ ਵੀ ਮੇਰੇ ਆ ਜਾਂਦੇ ਨੇ। ਤੋ ਇਸ ਤਰ੍ਹਾਂ ਮੈਨੂੰ ਮਾਨ ਸਤਿਕਾਰ ਜਿਹੜਾ ਯੂਨੀਵਰਸਿਟੀਆਂ ਵੱਲੋਂ ਮਿਲਿਆ ਪੂਰਾ। ਅੱਛਾ ਜੀ, ਅਤੇ ਫਿਰ 40 ਸਾਲ ਪਹਿਲਾਂ ਕੋਈ ਗੱਲ ਹੋਰ ਸੀ, ਅੱਜ ਬੜਾ ਤਕਨੀਕੀ ਯੁੱਗ ਹੈ, ਆਧੁਨਿਕਤਾ ਆ ਗਈ ਹੈ, ਬੜੀ ਤੇਜ਼ ਤਰਾਰ ਜ਼ਿੰਦਗੀ ਹੋ ਗਈ ਹੈ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਅੱਜ ਦੇ ਯੁੱਗ ਦੇ ਸਟੇਜ ਅਤੇ 40 ਸਾਲ ਪਹਿਲਾਂ ਦੀ ਸਟੇਜ ਕਿੰਨਾ ਕੁ ਅੰਤਰ ਹੈ? ਹਾਂ, ਬਹੁਤ ਫਰਕ ਤਾਂ ਪੈਂਦਾ, ਪਰ ਜਿਵੇਂ ਕਿ ਪਿੰਡਾਂ 'ਚ ਫਰਕ ਹੌਲੀ ਹੌਲੀ ਪੈਂਦਾ, ਅਤੇ ਇਸ ਕਰਕੇ ਕਿਉਂਕਿ ਥੀਏਟਰ ਵੱਲ ਸਾਡਾ ਧਿਆਨ ਸਾਡੀਆਂ ਸਰਕਾਰਾਂ ਦਾ ਬਹੁਤਾ ਨਹੀਂ ਗਿਆ, ਥੀਏਟਰ ਦੇ ਪੱਖੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਕੁਝ ਨਹੀਂ ਹੋਇਆ ਜਿਹੜਾ ਆਪਣੇ ਔਰਤ ਦਾ। ਜੇ ਫਰਜ਼ ਕਰ ਲਓ ਅੱਜ ਤੋਂ 40-45-50 ਸਾਲ ਪਹਿਲਾਂ ਜਿਹੜੇ
ਨਾਟਕ ਹੁੰਦੇ ਸੀਗੇ ਉਹਨਾਂ ਵਾਸਤੇ ਸਾਊਂਡ ਦੀ ਹੀ ਪ੍ਰੋਬਲਮ ਹੁੰਦੀ ਸੀ, ਸਾਊਂਡ ਹੀ ਨਹੀਂ ਮਿਲਦੀ, ਇੱਕ ਦੋ ਮਾਈਕਾਂ ਨਾਲ ਕਰਦੇ ਸੀਗੇ, ਲਾਈਟ ਦੀ ਵੀ ਪ੍ਰੋਬਲਮ ਹੁੰਦੀ ਸੀਗੀ, ਜੋਗਿੰਦਰ ਬਾਹਰਲਾ ਵਰਗੇ, ਤੇਰਾ ਸਿੰਘ ਚੰਨ ਜੀ ਵਰਗੇ ਜਾਂ ਹੋਰ ਜਿਹਨਾਂ ਨੇ ਸਾਥੋਂ ਪਹਿਲਾਂ ਨਾਟਕ ਕੀਤਾ ਉਹ ਮਸਾਲਾ ਲੈ ਕੇ ਨਾਟਕ ਕਰਦੇ ਸੀ, ਲਾਈਟ ਦਾ ਪ੍ਰਬੰਧ ਨਹੀਂ ਸੀ। ਅਤੇ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਵੇਲੇ ਭਾਵੇਂ ਉੱਨਤ ਜਿਹੜਾ ਰੰਗ ਮੰਚ ਹੈ ਜਿਵੇਂ ਵੱਡੇ ਸ਼ਹਿਰਾਂ ਦਾ, ਚਾਹੇ ਲੰਡਨ ਚਾਹੇ ਚਾਹੇ ਬੰਬੇ 'ਚ ਹੈ ਚਾਹੇ ਚੰਡੀਗੜ੍ਹ ਟੈਗੋਰ ਥੀਏਟਰ ਹੈ, ਉਸ ਵਰਗਾ ਪਿੰਡਾਂ ਦੇ ਵਿੱਚ ਨਹੀਂ ਹੈ ਉਹ, ਅਸੀਂ ਜਿਹੜਾ ਹੈ ਪਰ ਫਿਰ ਵੀ ਉੱਨਾ ਸਾਧਨ ਵੀ ਅੱਜ ਕੱਲ੍ਹ ਸਾਊਂਡ ਸਾਨੂੰ ਚੰਗੀ ਮਿਲ ਜਾਂਦੀ ਹੈ, ਹੁਣ ਜਿੰਨੇ ਅਸੀਂ ਮਾਈਕ ਕਹੀਏ ਉੱਨੇ ਘੱਟੋ ਘੱਟ ਮਿਲ ਜਾਂਦੇ ਹੈ, ਅਤੇ ਜਿੰਨਾ ਕੁ ਅਸੀਂ ਕਹਿੰਦੇ ਵੀ ਸਾਨੂੰ ਪਤਾ ਵੀ ਇੰਨਾ ਕੁ ਕਰ ਸਕਦੇ ਹਾਂ, ਲਾਈਟ ਦਾ ਪ੍ਰਬੰਧ ਵੀ ਕਰਦੇ ਹਾਂ ਰਾਤਾਂ ਨੂੰ, ਪਰ ਅਸੀਂ ਕਿਉਂਕਿ ਦਿਨੇ ਵੀ ਕਰਦੇ ਹਾਂ ਨਾਟਕ, ਇਸ ਕਰਕੇ ਅਸੀਂ ਨਾਟਕਾਂ ਦੀ ਤਕਨੀਕ ਇਹੋ ਜਿਹੀ ਬਣਾਉਂਦੇ ਹਾਂ ਵੀ ਉਹ ਦਿਨੇ ਵੀ ਖੇਡਿਆ ਜਾਵੇ ਅਤੇ ਰਾਤ ਵੀ ਖੇਡਿਆ ਜਾਵੇ। ਸੋ ਜਿੱਥੇ ਲਿਮੀਟੇਸ਼ਨ ਹੁੰਦੀਆਂ, ਸੀਮਤਾਂ ਹੁੰਦੀਆਂ ਨੇ, ਜੌਹਲ ਸਾਹਿਬ ਉੱਥੇ ਫਿਰ ਡਾਇਰੈਕਟਰ ਦੇ ਉੱਤੇ ਹੁੰਦਾ ਕਿ ਉਹ ਜਿਹੜੀਆਂ ਘੱਟ ਆ ਰਹੇ, ਜੇ ਤੁਸੀਂ ਬਹੁਤ ਵਧੀਆ, ਤੁਹਾਡੇ ਕੋਲ ਸਾਊਂਡ ਨਹੀਂ ਹੈ ਬਹੁਤ ਵਧੀਆ, ਤੁਹਾਡੇ ਕੋਲ ਰੋਸ਼ਨੀ ਨਹੀਂ ਹੈ ਬਹੁਤ ਵਧੀਆ, ਤੁਸੀਂ ਖਰਚਾ ਨਹੀਂ ਕਰਦੇ, ਸਟੇਜ ਸੈਟਿੰਗ ਨਹੀਂ ਕਰਦੇ, ਉੱਥੇ ਵੀ ਤੁਸੀਂ ਆਪਣੀ ਕਲਪਣਾ ਵਰਤੀ ਹੁੰਦੀ ਹੈ ਔਰ ਦਰਸ਼ਕਾਂ ਦੀ ਕਲਪਣਾ ਤੋਂ ਵੀ ਕੰਮ ਲੈਣਾ ਪੈਂਦਾ, ਫਿਰ ਤੁਸੀਂ ਮਹਿਲ ਖੜ੍ਹਾ ਕਰਨਾ, ਹੁਣ ਅਸੀਂ ਕਿੱਥੋਂ ਮਹਿਲ ਖੜ੍ਹਾ ਕਰਾਂਗੇ, ਸਾਡੇ ਕੋਲ ਕਿੱਥੇ। ਹਾਂ ਫਿਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਨਾਟਕ ਦੇ ਵਿੱਚ ਜਿਹੜੇ ਐਕਟਰ ਹੈ ਜਾਂ ਐਕਟਰ ਦੀ ਐਕਟਿੰਗ ਹੈ ਅਸੀਂ ਉਹਦੇ ਉੱਤੇ ਜ਼ਿਆਦਾ ਡਿਪੈਂਡ ਕਰਦੇ ਹਾਂ ਵੀ ਐਕਟਰ ਨੂੰ ਕਹਿੰਦੇ ਵੀ ਤੂੰ ਆਪਦੀ ਐਕਟਿੰਗ ਦੇ ਨਾਲ ਆਪਣੇ ਆਰਟ ਦੇ ਨਾਲ ਇੱਥੇ ਜੇ ਸਮੁੰਦਰ ਪੈਦਾ ਕਰਨਾ ਤਾਂ ਸਮੁੰਦਰ ਪੈਦਾ ਕਰ, ਜੇ ਪਹਾੜ ਦਿਖਾਉਣਾ ਤਾਂ ਪਹਾੜ ਦਿਖਾ। ਇਹ ਅਸਲ 'ਚ ਜਿਹੜਾ ਥੀਏਟਰ ਹੈ, ਮੈਂ ਸਮਝਦਾ ਕਿ ਮੈਂ ਕਰਦਿਆਂ ਕਹਿੰਦੇ ਮੈਨੂੰ ਇਸ ਗੱਲ ਦਾ ਅਨੁਭਵ ਹੋਇਆ ਕਿ ਜਿਹੜਾ ਡਰਾਮੇ ਦੇ ਵਿੱਚ ਦਾ ਸੈਂਟਰ ਹੈ ਜਿਹੜਾ ਉਹ ਐਕਟਰ ਹੈ, ਉਹ ਐਕਟਰ ਹੀ ਸਾਰਾ ਕੁਛ ਕਰ ਸਕਦਾ। ਉਮੂਮ ਜੇ ਅਸੀਂ ਐਂ ਹੋਰ ਸਾਰਾ ਕੁਛ ਬਣਾ ਲਈਏ, ਫਰਜ਼ ਕਰੋ 50,000 ਰੁਪਈਆ ਲਾ ਕੇ ਕੋਈ ਸੈੱਟ ਵੀ ਲਾ ਲਈਏ, ਲੇਕਿਨ ਜੇ ਐਕਟਰ ਉੱਥੇ ਕਮਜ਼ੋਰ ਪੈ ਗਿਆ ਉਹ ਸਮਾਂ ਫਿਰ ਲੋਕ ਇਹ ਕਹਿਣਗੇ ਵੀ ਐਡਾ ਜਗਾੜ ਕਾਹਦੇ ਵਾਸਤੇ ਕਰਿਆ ਸੀ, ਜਿਹਾ ਹੀ ਕੁਛ ਦਿਖਾਉਣਾ। ਸੋ ਇਸ ਕਰਕੇ ਐਕਟਰ ਦੇ ਉੱਤੇ ਦਰਸ਼ਕਾਂ ਦੀ ਕਲਪਣਾ ਦੇ ਉੱਤੇ ਆਪਣੇ ਟ੍ਰੈਡੀਸ਼ਨਲ ਢੰਗ ਵਰਤ ਕੇ ਵੀ ਸਾਡੇ ਲੋਕ ਕਿਹੜੀ ਗੱਲ ਨੂੰ ਕਿਹੜੇ ਤਰੀਕੇ ਨਾਲ ਕਹੀਏ ਅਤੇ ਉਹਨਾਂ ਨੂੰ ਇਹ ਜ਼ਿਆਦਾ ਪਸੰਦ ਆਵੇ, ਉਹ ਲੋਕ ਧਾਰਾ 'ਚੋਂ ਐਲੀਮੈਂਟ ਲੈ ਕੇ ਡਰਾਮੇ ਦੇ, ਚਾਹੇ ਉਹ ਬਾਤ ਦਾ ਹੈ, ਚਾਹੇ ਉਹ ਨਕਲੀਆਂ ਦਾ ਹੈ, ਚਾਹੇ ਉਹ ਕਵਿਸ਼ਰੀ ਦਾ ਹੈ, ਚਾਹੇ ਉਹ ਗਾਇਕੀ ਦਾ ਹੈ, ਉਹ ਸਾਰੇ ਵਰਤ ਕੇ ਅਸੀਂ ਲੋਕਾਂ ਨੂੰ ਜੋੜ ਕੇ ਰੱਖਦੇ ਹਾਂ। ਔਰ ਅਮੂਮਨ ਸਾਡਾ ਜਿਹੜਾ ਨਾਟਕ ਪ੍ਰੋਗਰਾਮ ਹੁੰਦਾ 2-3 ਘੰਟੇ ਦਾ ਹੁੰਦਾ, ਅਤੇ 2-3 ਘੰਟੇ ਅਸੀਂ ਸਾਡੇ ਦਰਸ਼ਕ ਵੀ ਹੈ ਪਿੰਡਾਂ 'ਚ, ਸ਼ਹਿਰਾਂ 'ਚ ਤਾਂ ਇੰਨੇ ਦਰਸ਼ਕ ਨਹੀਂ ਹੁੰਦੇ, ਪਿੰਡਾਂ ਦੇ ਵਿੱਚ ਸਾਡੇ ਕੋਲ ਲੈ ਕੇ 500 ਤੋਂ 5,000 ਤੱਕ ਵੀ ਦਰਸ਼ਕ ਦੇ ਸਾਹਮਣੇ ਅਸੀਂ ਕਰਦੇ ਹਾਂ। ਔਰ ਉਹ ਫਿਰ ਅਸੀਂ ਇਹ ਤਕਨੀਕ ਨਾਲ ਹੀ ਲੋਕਾਂ ਨੂੰ ਜੋੜ ਕੇ ਰਹੇ, ਇੱਕ ਤਾਂ ਉਹਨਾਂ ਦੀ ਜ਼ਿੰਦਗੀ ਦੀ ਗੱਲ ਕਰਦੇ ਹਾਂ ਅਤੇ ਦੂਜਾ ਉਹਨਾਂ ਦੀ ਲੋਕ ਧਾਰਾ 'ਚੋਂ ਲੈ ਕੇ ਉਸ ਸ਼ੈਲੀ 'ਚ ਗੱਲ ਕਰਦੇ ਹਾਂ ਔਰ ਲੋਕ ਜੁੜੇ ਰਹਿੰਦੇ ਨੇ। ਤੁਸੀਂ 3-4 ਦਹਾਕੇ ਪਹਿਲਾਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਸੀ ਤੁਹਾਡੇ ਦਿਮਾਗ ਦੇ ਵਿੱਚ ਕਿ ਆਹ ਸਮੱਸਿਆਵਾਂ ਮੈਨੂੰ ਆਪਣੇ ਨਾਟਕਾਂ ਦੇ ਵਿੱਚ ਉਭਾਰਨੀਆਂ ਚਾਹੀਦੀਆਂ ਨੇ, ਕਿਹੜੀਆਂ ਸੀ ਉਹ? ਪਹਿਲਾਂ ਮੈਂ ਆਪਣੀਆਂ ਨਾਟਕਾਂ ਦੇ ਵਿੱਚ ਬਹੁਤੀਆਂ ਜਿਹੜੀਆਂ ਆਰਥਿਕ ਸਮੱਸਿਆਵਾਂ ਦੇ ਵਿੱਚ ਜਿਹੜੇ ਸਮਾਜਿਕ ਜਿਹੜੀਆਂ ਗੁੰਝਲਦਾਰ ਪੈਦਾ ਹੁੰਦੀਆਂ ਨੇ ਵੀ ਆਰਥਿਕਤਾ ਤੰਗੀ ਕਾਰਨ ਕਿਸ ਤਰ੍ਹਾਂ, ਵੀ ਆਰਥਿਕ ਤੰਗੀ ਕਾਰਨ ਕਿਸ ਤਰ੍ਹਾਂ ਬੇਚੈਨ ਜ਼ਿੰਦਗੀ ਰਹਿੰਦੀ ਹੈ ਕਿਸਾਨੀ ਦੀ, ਫਿਰ ਉਹਨਾਂ ਦੇ ਸਮਾਜਿਕ ਰਿਸ਼ਤਿਆਂ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ, ਮੋਟੇ ਤੌਰ 'ਤੇ ਮੈਂ ਪਹਿਲਾਂ ਇਸ ਤਰ੍ਹਾਂ ਦੇ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਜਿਹੜੀਆਂ ਉਹ ਮੈਂ ਲੈਂਦਾ ਸੀਗਾ, ਅਤੇ ਹੁਣ ਅੱਜ ਕੱਲ੍ਹ ਜਿਹੜੀਆਂ ਨਰੋਲ ਹੈ, ਜਿਵੇਂ ਮੈਂ ਪਿੱਛੇ 2009 'ਚ ਇੱਥੇ ਕਨੇਡਾ 'ਚ ਵੀ ਆਇਆ, ਉਦੋਂ ਵੀ ਆਇਆ ਸੀ, ਉਦੋਂ ਮੈਂ ਆਪਣਾ ਇੱਕ ਭਰੂਣ ਹੱਤਿਆ ਦੇ ਉੱਤੇ ਆਪਣਾ ਨਾਟਕ ਹੈ ਮੇਰਾ ਨਿਉਂ ਜੜ, ਉਹਦੇ ਮੈਂ ਪੰਜਾਬ ਦੇ ਵਿੱਚ ਵੀ ਉਹਦੇ ਕੋਈ ਲਗਭਗ 150 ਸ਼ੋਅ ਹੋਏ ਨੇ ਅਸੀਂ ਉਹਦੇ ਕੀਤੇ ਨੇ, ਫਿਰ ਇੱਥੇ ਵੀ 4 ਸ਼ੋਅ ਕਰਕੇ ਗਏ ਐਡਮਿੰਟਨ ਦੇ ਵਿੱਚ, ਸਰੀ ਦੇ ਵਿੱਚ, ਕੈਲਗਰੀ ਦੇ ਵਿੱਚ, ਅਤੇ 19 ਤਰੀਕ ਨੂੰ ਇਸ ਨੂੰ ਵੀ। ਅੱਛਾ, ਇਹ ਜੋ ਤੁਸੀਂ ਭਰੂਣ ਹੱਤਿਆ ਦੀ ਗੱਲ ਕਰ ਰਹੇ ਹਾਂ, ਇਹ 4 ਦਹਾਕੇ ਪਹਿਲਾਂ ਵੀ ਸੀ ਅਤੇ ਅੱਜ ਵੀ ਉੱਦਾਂ ਹੀ ਭਖਦਾ ਮਸਲਾ? ਜੀ ਬਿਲਕੁਲ, ਬਸ ਇੱਕ ਤਰੀਕਾ ਇਹ ਬਦਲ ਗਿਆ ਕਿ 4 ਦਹਾਕੇ ਪਹਿਲਾਂ ਲੋਕ ਹੋਰ ਢੰਗ ਵਰਤਦੇ ਸੀਗੇ, ਇਹ ਕਰਦੇ ਸੀ ਕਿ ਬੱਚੀ ਨੂੰ ਜਨਮ ਦੇਣ ਲਈ ਜਨਮ ਦੇਣ ਦਾ ਮੌਕਾ ਦਿੰਦੇ ਸੀਗੇ, ਹੁਣ ਅਸੀਂ ਇੰਨੇ ਅਗਾਹ ਵਧੂ ਹੋ ਗਏ ਹਾਂ, ਇੰਨੇ ਸਿਆਣੇ ਹੋ ਗਏ, ਮੈਂ ਵਿਅੰਗ ਦੇ ਵਿੱਚ ਕਹਾਂ ਤਾਂ ਕਰਨ ਵੀ ਉਹਨੂੰ ਜਨਮ ਵੀ ਨਹੀਂ ਲੈਣ ਦਿੰਦੇ। ਸੋ ਇਹ ਤਾਂ ਉਦੋਂ ਵੀ ਜਿਹੜਾ ਹੈ ਬੜਾ ਵੱਡਾ ਸਮਾਜਿਕ ਕ੍ਰਾਈਮ ਜਿਹਨੂੰ ਅਸੀਂ ਕਹਿੰਦੇ ਹਾਂ, ਸਿੰਨ ਹੈ ਜਿਹੜਾ ਉਹ ਹੈ। ਸੋ ਇਹ ਤੁਸੀਂ ਕੀ ਮਹਿਸੂਸ ਕਰਦੇ ਹਾਂ ਕਿ ਤੁਸੀਂ ਤੁਰੇ ਸੀ ਸਮੱਸਿਆਵਾਂ ਦੇ ਹੱਲ ਲੈ ਕੇ, ਲੇਕਿਨ ਕਿ ਜੇ ਆਪਾਂ ਇਸ ਭਰੂਣ ਹੱਤਿਆ ਦੇ ਮਾਮਲੇ ਨੂੰ ਲੈ ਲਈਏ ਤਾਂ ਸਮੇਂ ਦੇ ਚੱਲਦੇ ਆ ਮਸਲਾ ਹੋਰ ਗੁੰਝਲਦਾਰ ਹੋਇਆ, ਸੋ ਤੁਹਾਡੀ ਆਤਮਾ 'ਤੇ ਕੀ ਗੁਜ਼ਰਦੀ ਹੈ ਫਿਰ? ਆਤਮਾ ਤਾਂ ਮੈਂ ਤਾਂ ਇਹ ਸਮਝਦਾ ਨਾ ਕਿ ਜੇ ਮੇਰੀ ਆਤਮਾ 'ਤੇ ਗੁਜ਼ਰਦੀ ਹੈ ਤਾਂ ਮੈਂ ਨਾਟਕ ਦੇ ਵਿੱਚ ਇਹਨੂੰ ਲੈ ਕੇ ਆਉਣਾ। ਮੇਰਾ ਸਮਝਿਆ ਕਿ ਕੋਈ ਵੀ ਬੰਦਾ ਜਿਹੜੇ ਖੇਤਰ 'ਚ ਕੋਈ ਕੰਮ ਕਰਦਾ ਉਹਦਾ ਇੱਕ ਸਮਾਜਿਕ ਪੱਖ ਹੁੰਦਾ। ਜੇ ਮੈਨੂੰ ਕੁਦਰਤ ਵੱਲੋਂ ਲਿਖਣ ਦੀ
ਕੋਈ ਯੋਗਤਾ ਮਿਲੀ ਹੈ, ਸਮਰੱਥਾ ਮਿਲੀ ਹੈ, ਮੇਰਾ ਫਰਜ਼ ਬਣਦਾ ਹੈ ਕਿ ਕੁਦਰਤ ਨੇ ਮੈਨੂੰ ਦਿੱਤੀ ਹੈ, ਮੈਂ ਆਪਣੇ ਸਮਾਜ ਲਈ ਵਰਤਾਂ। ਸੋ ਸਹਿਜ ਦਾ ਵੀ ਇੱਕ ਸਮਾਜ ਹੈ, ਰੰਗਮੰਚ ਦਾ ਵੀ ਇੱਕ ਸਮਾਜ ਵਰਤ, ਮੈਂ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਾਂ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਕਦਮ ਤਾਂ ਕੁਛ ਨਹੀਂ ਹੁੰਦਾ, ਮੈਂ ਆਪਣੇ ਤੌਰ 'ਤੇ ਫਰਜ਼ ਨਿਭਾ ਰਿਹਾ, ਕੋਈ ਹੋਰ ਆਪਣੇ ਤੌਰ 'ਤੇ, ਇੱਕ ਲਹਿਰ ਚੇਤਨਤਾ ਦੀ ਪੈਦਾ ਹੋਏਗੀ। ਹੁਣ ਬਹੁਤ ਸਾਰੇ ਲੋਕ ਹੋ ਗਏ ਆ ਜਿਹੜੇ ਇਸ ਦੇ ਵਿੱਚੋਂ ਕਿ ਜਿਹੜੇ ਇਹਨਾਂ ਚੀਜ਼ਾਂ ਨੂੰ ਬਹੁਤ ਬੁਰਾ ਵੀ ਮੰਨਦੇ ਨੇ, ਔਰ ਇੱਕ ਇਸ਼ੂ ਬਣ ਕੇ ਇਹਦੇ ਉੱਤੇ ਲੋਕ ਵੱਖ ਵੱਖ ਫਰੰਟਾਂ ਦੇ ਉੱਤੇ ਲੜ ਵੀ ਰਹੇ ਨੇ, ਗੱਲਾਂ ਵੀ ਕਰ ਰਹੇ ਨੇ। ਸੋ ਇਹ ਹੈ ਕਿ ਗੁੰਜਨ ਠੀਕ ਹੈ, ਉਹ ਲੋਕ ਹੈਗੇ ਉਸ ਤਰ੍ਹਾਂ, ਪਰ ਫਿਰ ਵੀ ਇਸ ਤਰ੍ਹਾਂ ਦੀ ਕੁੜ ਲੜਕੀਆਂ ਦੇ ਵਿੱਚ ਵੀ ਚੇਤਨਤਾ ਪੈਦਾ ਹੋ ਰਹੀ ਹੈ, ਬੱਚੀ ਅੰਦਰ ਵੀ, ਔਰਤ ਜਾਤੀ ਦੇ ਅੰਦਰ ਵੀ ਇਹ ਚੇਤਨਤਾ ਪੈਦਾ ਹੋ ਰਹੀ ਹੈ ਵੀ ਸਾਨੂੰ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਕਿਉਂ ਸਮਝਿਆ ਜਾਂਦਾ। ਤੋ ਅਸਰ ਤਾਂ ਪੈਂਦਾ ਹੀ ਹੈ, ਪੈਂਦਾ, ਪਰ ਨਾਲ ਦੀ ਨਾਲ ਜਿਹੜੇ ਚਲਾਕ ਬੰਦੇ ਉਹ ਹੋਰ ਉਸ ਤਰ੍ਹਾਂ ਕਰਦੇ ਰਹਿੰਦੇ। ਪਰ ਹਾਂ, ਲੇਕਿਨ ਜੇ ਤੁਸੀਂ ਕਰਦੇ ਤਾਂ ਮਤਲਬ ਇਹ ਨਹੀਂ ਹੈ ਕਿ ਕੋਈ ਐਂ ਨਾ ਕਹੇ ਵੀ ਹਾਂ ਜਿਹੜੀ ਇਹ ਜਿਹੜੀ ਚੀਜ਼ ਪ੍ਰਚਾਰ ਕਰ ਰਹੇ ਨੇ ਠੀਕ ਗੱਲ ਹੀ ਹੈਗੀ। ਅਤੇ ਫਿਰ ਹੁਣ ਪੰਜਾਬੀਆਂ ਨੂੰ ਹੋਰ ਜ਼ਿਆਦਾ ਉਹਨਾਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਪ੍ਰਤੀ ਜਾਗਰੂਕ ਕਰਨ ਦੇ ਲਈ ਤੁਹਾਡਾ ਭਵਿੱਖ ਦਾ ਕੀ ਪ੍ਰੋਗਰਾਮ ਹੈ? ਭਵਿੱਖ ਤਾਂ ਇਹੀ ਹੈ ਕਿ ਮੈਂ ਤਾਂ ਜ਼ਿੰਦਗੀ ਨਾਲ ਜੁੜਿਆ ਰਿਹਾ ਜਲ ਸਾਹਿਬ, ਜਦੋਂ ਕੋਈ ਸਮਾਜ ਦੇ ਵਿੱਚ ਕੋਈ ਸਮੱਸਿਆ ਸਾਹਮਣੇ ਹਾਈਲਾਈਟ ਹੁੰਦੀ ਹੈ ਅਤੇ ਮੈਂ ਜਾ ਹੁੰਦਾ ਵੀ ਮੈਂ ਇਹਦੇ ਸੰਬੰਧ ਵਿੱਚ ਜਿਹੜੀ ਵੀ ਆ ਉਹਦੇ ਉੱਤੇ ਉਹ ਮੈਂ ਵੀ ਆਪਦਾ ਕੋਈ ਨਾ ਕੋਈ ਇਹਦੇ ਵਿੱਚ ਆਪਦਾ ਰੋਲ ਅਦਾ ਕਰਾਂ। ਹਾਂ, ਜਿਵੇਂ ਫਰਜ਼ ਕਰੋ ਹੁਣ ਇਹ ਹੈ ਕਿ ਮੈਂ ਤਾਂ ਤਰਕਸ਼ੀਲ ਵਿਚਾਰਾਂ ਦਾ ਵੀ ਹਾਂ, ਇਹ ਦੋਸਤਾਂ ਨੇ ਤੁਹਾਡਿਆਂ ਨੇ ਇੱਥੇ ਮੈਨੂੰ ਬੁਲਾਇਆ, ਤਰਕਸ਼ੀਲ ਸੁਸਾਇਟੀ ਵਾਲਿਆਂ ਨੇ, ਉਹ ਨਾਟਕ ਕਰਨੇ, ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਮਤਲਬ ਉਸ ਤਰ੍ਹਾਂ ਸੋਸ਼ਲ ਸਮੱਸਿਆ, ਭਰੂਣ ਹੱਤਿਆ 'ਤੇ ਵੀ, ਆਰਥਿਕ ਸਮੱਸਿਆਵਾਂ ਦੇ ਉੱਤੇ ਵੀ ਲਿਖਦੇ ਹਾਂ। ਹਾਂ, ਅਤੇ ਮੈਂ ਨਾਟਕ ਚਾਨਣ ਦੇ ਵਣਜਾਰੇ ਅੱਜ ਤੋਂ ਕੋਈ 15-16 ਸਾਲ ਪਹਿਲਾਂ ਲਿਖਿਆ ਸੀ, ਔਰ ਪੰਜਾਬ ਵਿੱਚ ਇਹਦੀਆਂ ਕੋਈ ਪਹਿਲਾਂ ਪੇਸ਼ਕਾਰੀਆਂ ਕੀਤੀਆਂ ਸੀਗੀਆਂ ਅਤੇ ਹੁਣ ਇੱਥੇ ਕਰ ਰਹੇ ਹਾਂ 10 ਅਪ੍ਰੈਲ ਨੂੰ ਰੈਂਪਟਨ ਦੇ ਵਿੱਚ, ਰੋਜ਼ ਥੀਏਟਰ ਦੇ ਵਿੱਚ। ਤੋ ਮੈਂ ਤਾਂ ਜਦੋਂ ਵੀ ਸਮਾਜ ਦੇ ਵਿੱਚ ਕੋਈ ਐਂ ਲੱਗਦਾ ਵੀ ਇਹਦੇ ਉੱਤੇ ਲਿਖਣਾ, ਮੇਰੀ ਆਤਮਾ ਹਲੂਣਦੀ, ਮੇਰੀ ਜ਼ਮੀਰ ਮੈਨੂੰ ਕਹਿੰਦੀ ਹੈ ਵੀ ਤੇਰੇ ਕੋਲ ਕੋਈ ਗੱਲ ਹੈਗੀ ਹੈ ਅਤੇ ਤੂੰ ਵੀ ਆਪਣਾ ਇਸ ਕਰ, ਮੈਂ ਫਿਰ ਉਹ ਲਿਖ ਦੂੰ। ਪਰ ਤੁਹਾਨੂੰ ਪਤਾ ਵੀ ਨਾਟਕ ਇਹੋ ਜਿਹੜਾ ਲਿਖਿਆ ਜਾਵੇ ਤਾਂ ਹੁਣ ਲਿਖਿਆ ਜਾਵੇ, ਲਿਖਿਆ ਜਾਵੇ ਕਈ ਮਹੀਨੇ ਲੱਗ ਜਾਂਦੇ ਲਿਖਣ ਦੇ ਉੱਤੇ, ਸੋਚ ਕੇ ਕੋਈ ਨਹੀਂ ਲਿਖਿਆ ਜਾ, ਜਦੋਂ ਤੁਹਾਡੇ ਅੰਦਰ ਹੁੱਜ ਨਹੀਂ ਵੱਜਦੀ ਜਿੰਨਾ ਚਿਰ ਵੀ ਇਹ ਤੁਹਾਡੀ ਜ਼ਮੀਰ ਤੁਹਾਨੂੰ ਉਹ ਨਹੀਂ ਕਰਦੀ, ਉਹਨਾਂ ਚਿਰ ਨਾਟਕ ਜਾਂ ਸਹਿਤ ਰਚਨਾ ਜਿਹੜੀ ਕਰਨੀ ਮੇਰੇ ਖਿਆਲ 'ਚ ਤਾਂ ਮੁਸ਼ਕਲ ਹੈਗੀ ਹੈ। ਤੋ ਮੈਂ ਕਰਨ ਦੀ ਕੋਸ਼ਿਸ਼ ਕਰਦਾ, ਕਈ ਵਾਰ ਇਹ ਆਉਂਦਾ ਕਿ ਗੱਲ ਕੋਈ ਨੇ ਇੰਨਾ ਪ੍ਰਭਾਵਿਤ ਕਰੇ ਕਿ ਤੁਸੀਂ 5 ਦਿਨਾਂ ਦੇ ਵਿੱਚ ਰਚਨਾ ਕਰ ਦਿੱਤੀ, ਨਾਟਕ ਕਰ ਦਿੱਤੀ। ਅੱਛਾ, ਇਹ ਹੁੱਜ ਜਿਹੜੀ ਵੱਜਦੀ ਤੁਸੀਂ ਕਹਿੰਦੇ ਆ ਵੀ ਕੋਈ ਘਟਨਾਕ੍ਰਮ ਦੇਖ ਕੇ ਹੁੱਜ ਵੱਜਦੀ ਹੈ ਕਿ ਜਾਂ ਤੁਸੀਂ ਇਕਾਂਤ ਵਿੱਚ ਜਦੋਂ ਬੈਠਦੇ ਹੋ ਅਤੇ ਅਚਾਨਕ ਕੋਈ ਆਈਡੀਆ ਉੱਪਰ ਵੱਜਦੀ? ਇੱਕ ਵਾਰ ਸਮਾਜ 'ਚ ਵਾਪਰ ਦੇਖ ਵਿਚਰਦੇ ਆਈ ਹੈ, ਕੋਈ ਵੱਜ ਗਈ, ਚਾਹੇ ਹੁੱਜੇ ਦੀ ਵੀ ਘਟਨਾ ਹੂ ਬਹੂ ਤੁਹਾਡੇ ਅੱਖਾਂ ਦੇ ਸਾਹਮਣੇ ਹੋਵੇ, ਕੋਈ ਖ਼ਬਰ ਹੈ ਫਰਜ਼ ਕਰੋ, ਮੈਂ ਕਈ ਵਾਰ ਹੁੰਦਾ, ਮੈਂ ਹੁਣ ਆਪਣੇ ਕੋਲ ਕਹੀ ਵੀ ਜਦੋਂ ਖਦੇ ਵੀ ਪੰਜਾਬ ਫਲਾਣੇ ਥਾਂ ਕਿਸਾਨਾਂ ਨੇ ਕਰਜ਼ੇ ਦੇ ਹੇਠ ਆ ਕੇ ਇੰਨੇ ਕਿਸਾਨਾਂ ਨੇ ਸੁਈਸਾਈਡ ਕਰ ਲਿਆ, ਮੈਂ ਉਹਨਾਂ ਦੀ ਕਟਕੀ ਵੀ ਰੱਖ ਲੈਂਦਾ, ਹੁਣ ਕਟਕੀ ਰੱਖ ਕੇ ਫਿਰ ਮੈਂ ਬੋਲਦਾ, ਮੈਂ ਫਿਰ ਲੋਕਾਂ ਦਾ ਸਾਂਝੀ ਕਰ ਉਹ ਗੱਲ ਮੈਨੂੰ, ਕਿਉਂਕਿ ਮੈਂ ਆਪ ਕਿਸਾਨੀ ਜੀਵਨ 'ਚ, ਮੇਰਾ ਪਰਿਵਾਰ ਕਿਸਾਨੀ ਹੈ ਅਤੇ ਛੋਟੀ ਕਿਸਾਨੀ 'ਚੋਂ ਪੈਦਾ ਹੋਇਆ, ਮੈਨੂੰ ਉਹਨਾਂ ਦੇ ਦੁੱਖਾਂ ਸੁੱਖਾਂ ਦੇ, ਮੈਨੂੰ ਉਹਨਾਂ ਇਸ ਕਰਕੇ ਜ਼ਿਆਦਾ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦਾ, ਤਾਂ ਉਸ ਕਰਕੇ ਉਹ ਕਿਸਾਨੀ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਦੀਆਂ, ਅਤੇ ਕੋਈ ਘਟਨਾ ਹੋ ਗਈ ਤਾਂ ਫਿਰ ਉਹਨੂੰ ਬੇਸ ਬਣਾ ਲੈਂਦਾ ਸਾਰੀ ਨੂੰ ਹੋ ਰਹੀ ਹੈ ਉਹਦੇ ਦੁਆਲੇ ਫਿਰ, ਕਿਉਂਕਿ ਅਨੁਭਵ ਹੈ ਮੈਨੂੰ ਕਿਸਾਨੀ ਜੀਵਨ ਦਾ, ਚਾਹ ਮੈਨੂੰ ਹੈ, ਤਾਂ ਇਸ ਕਰਕੇ ਉਹਦੇ ਵਿੱਚੋਂ ਫਿਰ ਮੈਂ ਗੱਲ ਆਪਦੀ ਇਸ ਤਰ੍ਹਾਂ ਕਰਾਂਦਾ। ਕਈ ਵਾਰ ਹੁੰਦਾ, ਕਈ ਵਾਰ ਇਹ ਹੁੰਦਾ ਕਿ ਮੇਰੀਆਂ ਬਚਪਨ ਦੀਆਂ ਗਾਣੇ, ਇੱਕ ਮੈਂ ਨਾਟਕ ਲਿਖਿਆ ਜਿਹੜੀਆਂ ਪੰਜਾਬ ਦੇ ਵਿੱਚ ਸਾਡੇ ਜਦੋਂ ਅਸੀਂ ਛੋਟੇ ਜਿਹੇ ਹੁੰਦੇ ਸੀਗੇ, ਬੋਲੀ ਦੀਆਂ ਜਨਾਨੀਆਂ ਲਿਆਉਂਦੇ ਸੀ ਕਿਸਾਨ, ਜਿਹਨਾਂ ਦਾ ਕੋਈ ਵਿਆਹ ਵੂਹ ਨਹੀਂ ਸੀ ਹੁੰਦਾ। ਤੋ ਇੱਕ ਵਾਰ ਪਿੱਛੇ ਜੇ 1996 ਦੇ ਵਿੱਚ ਮੈਂ ਇੱਕ ਖਬਰ ਪੜ੍ਹੀ, ਉਹ ਸਾਡੇ ਘਰਾਂ 'ਚ ਇੱਕ ਚਾਚੀ ਸੀ ਸਾਡੀ, ਉਹ ਆਈ ਇਸ ਤਰ੍ਹਾਂ ਦੀ ਆਈ ਹੋਈ ਸੀਗੀ, ਉਹ ਮੈਂ ਜਦੋਂ ਖਬਰ ਪੜ੍ਹੀ ਉਹ ਮੈਨੂੰ ਉਹਦੀ ਸਟ੍ਰਾਈਕ ਤਾਂ ਬਈ ਇਹ ਉਹ ਖਬਰ ਮੈਨੂੰ ਬੜੀ ਤੰਗ ਕਰਦੀ ਸੀ, ਮੈਂ ਉੱਥੇ ਲਿਖਣ ਦੀ ਵੀ ਕੋਸ਼ਿਸ਼ ਕਰੀ, ਮੈਂ ਉੱਥੇ ਲਿਖਿਆ ਨਾ ਗਿਆ ਕਦੇ ਕੁਝ ਬਣਿਆ ਨਾ, ਲੇਕਿਨ 96 ਦੇ ਵਿੱਚ ਜਦੋਂ ਮੈਂ ਖਬਰ ਪੜ੍ਹੀ ਅੰਮ੍ਰਿਤਸਰ ਦੇ ਜ਼ਿਲ੍ਹੇ ਦੀ ਸੀ ਵੀ ਜਨਾਨੀਆਂ ਬਰਾਮਦ ਕਰੀਆਂ ਪੁਲਿਸ ਨੇ, ਉਹਨਾਂ ਦਾ ਪਿਛਲੀ ਡਿਟੇਲ ਲਿਖੀ ਵੀ ਉਹ ਕਿਹੋ ਜਿਹੀਆਂ ਸੀ, ਕਿਹਨੇ ਕਿਹਨੇ ਲਈਆਂ, ਉਹ ਮੈਂ ਫਿਰ ਜਦੋਂ ਦੇਖਿਆ ਵੀ ਅੱਜ ਵੀ ਸਮੱਸਿਆ, ਫਿਰ ਮੈਂ ਆਪਣੇ ਇੱਕ ਕਲਾਕਾਰ ਨੂੰ ਪੁੱਛਿਆ, ਕਹਿੰਦਾ ਹਾਂਜੀ ਬੜੀਆਂ ਨੇ, ਮੈਂ ਤੁਹਾਨੂੰ ਦਿਖਾ ਲਿਆਉਣਾ ਪਿੰਡ 'ਚੋਂ, ਉਹ ਫਿਰ ਮੈਨੂੰ ਉਦੋਂ ਸਟ੍ਰਾਈਕ ਕਰੀ ਗੱਲ, ਉਹ ਮੇਰੇ ਦਿਮਾਗ 'ਚ ਕਿੰਨੇ ਚਿਰ ਸੀ, 96 ਲਾ ਲਓ ਕਿੰਨੇ ਚਿਰ ਹੋ ਗਿਆ, 15 ਸਾਲ ਹੋ ਗਿਆ, ਹੈਂ 15 ਕੀ ਮਤਲਬ, ਮੈਂ ਤੁਹਾਨੂੰ ਕਹਿੰਦਾ ਵੀ ਇਹ ਜਿਹੜੀ ਗੱਲ 50 ਦੇ ਨੇੜੇ ਦੀ ਗੱਲ ਕਰਦੇ, 95-96 40-45 ਸਾਲ ਪਹਿਲਾਂ, ਅਤੇ ਮੈਂ ਉਦੋਂ ਫਿਰ ਉਹ ਮੈਂ 4 ਦਿਨਾਂ 'ਚ ਨਾਟਕ ਲਿਖਤਾ, ਮੇਰਾ ਇੱਕ ਨਾਟਕ ਹੈ ਝਰਾਂ ਦੇ ਪਾਣੀ, ਜਿਹ 'ਚ ਇੱਕ
ਕਿਸਾਨ ਦਾ ਵਿਆਹ ਨਹੀਂ ਹੁੰਦਾ, ਉਹ ਮਜਬੂਰ ਹੈ ਆਪਣੀ ਵੰਸ਼ ਤੋੜਨ ਵਾਸਤੇ, ਆਪਦਾ ਉਹ ਕਰਨ ਵਾਸਤੇ ਉਹਦੀ ਮਜਬੂਰੀ ਹੈ, ਉੱਧਰੋਂ ਗਰੀਬ ਘਰ ਬਿਹਾਰਾਂ ਦੀ ਬਿਹਾਰ ਨੇ ਕੁੜੀ ਉਹਦੀ ਬਿਹਾਰ ਨੇ ਕੁੜੀ ਦੀ ਉਹਦੀ ਮੈਂ ਸਮੱਸਿਆ ਲੈ ਕੇ ਉਹਦੀ ਸਮਾਜਿਕ ਸਮੱਸਿਆ ਸਾਡੇ ਪੰਜਾਬ ਦੀ ਅੱਜ ਵੀ ਹੈ, ਹਰਿਆਣੇ ਦੀ ਵੀ ਹੈ, ਇਹਨਾਂ ਇਹਨਾਂ ਸਟੇਟਾਂ 'ਚ ਲੋਕ ਖਰੀਦ ਕੇ ਲਿਆਉਂਦੇ ਨੇ, ਉੱਧਰੋਂ ਲੋਕ ਵੇਚਣ ਬਿਹਾਰ ਬੰਗਾਲ 'ਚੋਂ ਲੈ ਵੇਚਦੇ ਨੇ ਲੋਕ ਆਪਦੀਆਂ ਲੜਕੀਆਂ ਨੂੰ ਗਰੀਬੀ ਕਾਰਨ ਜਾਂ ਮਜ਼ਬੂਰੀ ਕਾਰਨ। ਸੋ ਇਸ ਤਰ੍ਹਾਂ ਵੀ ਮੈਂ ਕਹਿਣ ਦਾ ਮੇਰਾ ਮਤਲਬ ਕਈ ਵਾਰ ਤਾਂ ਮੈਂ ਉਹਦੀ ਵੀ ਹੋ ਜਾਂਦਾ ਅਤੇ ਕਈ ਵਾਰ ਵੀ ਉਹ ਮੇਰੇ ਅੰਦਰ ਵੱਧ ਹੀ ਰਹਿੰਦੇ ਆ ਜਦੋਂ ਕਈ ਸਾਲ ਵੀ ਲੰਘ ਜਾਂਦੇ ਨੇ। ਠੀਕ ਹੈ। ਤੇ ਲੈ ਜੀ, ਅਜਮੇਰ ਸਿੰਘ ਜੀ ਔਲਖ ਉੱਘੇ ਲੇਖਕ, ਨਾਟਕਕਾਰ ਅਤੇ ਰੰਗ ਕਰਮੀ, ਬੀਤੇ ਦਹਾਕਿਆਂ ਤੋਂ ਲਗਾਤਾਰ ਪੰਜਾਬੀ ਸਟੇਜ ਦੇ ਨਾਲ ਜੁੜੀ ਹੋਈ ਸ਼ਖਸੀਅਤ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਹੋ ਰਹੇ ਸੀ ਅਜਮੇਰ ਸਿੰਘ ਜੀ ਔਲਖ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਮਾਂ ਕੱਢਿਆ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਮੈਨੂੰ ਸਰੋਤਿਆਂ ਦੇ ਸਨਮੁੱਖ ਹੋਣ ਦਾ ਮੌਕਾ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਚਲੋ ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਦੇ ਹਾਂ। ਸਤਿ ਸ਼੍ਰੀ ਅਕਾਲ।